ਮਨਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਨਸਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰਾ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰਿਆਂ ਦਾ ਸਭ ਤੋਂ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪੁੱਤਰਾਂ ਦੇ ਦਾਨੀ ਦੇਸ਼ ਦੇ ਦਰਦੀ ਭਾਰਤ ਦੇ ਸੱਚੇ ਸਿਪਾਈ ਗੁਜਰੀ ਦੇ ਲਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਦਾ ਬਣਾਇਆ ਹੋਇਆ ਨਾਰਾ ਬਲੰਦ ਕਰੋ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਰਬੱਤ ਦਾ ਭਾਈ ਪਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਵਾਰ ਸ਼ੁਰੂ ਕਰਾਂ ਇਹ ਦੱਸ ਲੈਣਾ ਬੜਾ ਜ਼ਰੂਰੀ ਸਮਝਦਾ ਹਾਂ ਕਿ ਇਹ ਪ੍ਰਸੰਗ ਰਿਕਾਰਡ ਕਿਉਂ ਕਰਾਇਆ ਜਾ ਰਿਹਾ ਹੈ ਪਹਿਲੀ ਕੈਸਟ ਜੋ ਸਾਡੀ 3021 ਆਈ ਸੀ ਉਹਦੇ ਵਿੱਚ ਵੰਨਗੀ ਮਾਤਰ ਬਾਬਾ ਦੀਪ ਸਿੰਘ ਸਾਹਿਬ ਦੀ ਚੜ੍ਹਾਈ ਔਰ ਇੱਕ ਆਈਟਮ ਹੋਰ ਰਿਕਾਰਡ ਕਰਾਈ ਸੀ ਬਹੁਤ ਸਾਰੇ ਸੱਜਣਾ ਵੱਲੋਂ ਖਾਸ ਕਰ ਜੋ ਦੁਬਈ ਦੀਆਂ ਚਿੱਠੀਆਂ ਨੇ ਉਹਨਾਂ ਵਿੱਚ ਇਹ ਵਰਣਨਯੋਗ ਬਾਤ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਏਡਾ ਵੱਡਾ ਸ਼ਹੀਦੀ ਇਤਿਹਾਸ ਤੁਸੀਂ ਗਲੋਂ ਲਾਉਣ ਦੀ ਗੱਲ ਕੀਤੀ ਹੈ ਮੈਂ ਉਹਨਾਂ ਸੱਜਣਾ ਨੂੰ ਚਿੱਠੀ ਰਾਹੀਂ ਵੀ ਬੇਨਤੀ ਕੀਤੀ ਸੀ ਕਿ ਇਹ ਤਾਂ ਇੱਕ ਵੰਨਗੀ ਪੇਸ਼ ਸੀ ਹੁਣ ਜਦ ਇਹ ਪ੍ਰਸੰਗ ਰਿਕਾਰਡ ਕਰਾਇਆ ਜਾਏਗਾ ਕੋਈ ਆਈਟਮ ਕੋਈ ਇਹਦਾ ਹਿੱਸਾ ਬਿਆਨ ਕਰਨ ਤੋਂ ਵਾਂਝਿਆ ਨਹੀਂ ਰੱਖਿਆ ਜਾਏਗਾ ਸੋ ਅਰਜ਼ ਕਰਦਾ ਹਾਂ ਅੱਜ ਦੇ ਦੀਵਾਨ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਤਰਨਾ ਦਲ ਦੇ ਜਥੇਦਾਰ ਜਿਨ੍ਹਾਂ ਨੇ ਸਿਰ ਤੋਂ ਬਿਨਾਂ ਲੜ ਕੇ ਇਹ ਜ਼ਾਹਰ ਕੀਤਾ ਹੈ ਕਿ ਖਾਲਸਾ ਜੋ ਕਹਿੰਦਾ ਉਹ ਕਰਕੇ ਵਿਖਾ ਦਿੰਦਾ ਹੈ ਉਹਨਾਂ ਦਾ ਸਾਰਾ ਜੀਵਨ ਸਾਰਾ ਇਤਿਹਾਸ ਜੋ ਵੀ ਮੈਂ ਪੜ ਸਕਿਆ ਹਾਂ ਲਿਖ ਸਕਿਆ ਹਾਂ ਉਹ ਅੱਜ ਦੇ ਦੀਵਾਨ ਵਿੱਚ ਪੇਸ਼ ਕਰਨ ਦਾ ਯਤਨ ਕਰਾਂਗਾ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਜਿਨ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਤੋਂ ਅੰਮ੍ਰਿਤ ਛਕਿਆ ਬਹੁਤ ਸਾਰੀਆਂ ਲੜਾਈਆਂ ਬੰਦਾ ਸਿੰਘ ਬਹਾਦਰ ਨਾਲ ਉਹਨਾਂ ਨੇ ਲੜੀਆਂ ਨੇ ਜਲ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੱਖਣ ਦੇੜ ਨੂੰ ਚਲੇ ਗਏ ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਗੁਰੂਕਿਆਂ ਸੰਗਤਾਂ ਦੀ ਸੇਵਾ ਕਰਨ ਵਿੱਚ ਲੁੱਝ ਗਏ ਚਾਰ ਬੀੜਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਿਖੀਆਂ ਨੇ ਪੂਰੇ ਨਿਤਨੇਮੀ ਹਠੀ ਤੱਪੀ ਕਹਿਣ ਤੇ ਕਰਨ ਦੇ ਪੂਰੇ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਦੇ ਉਦੇਸ਼ਾਂ ਤੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਉਦੇਸ਼ਾਂ ਤੋਂ ਰੋਜ਼ ਜਾਣੂ ਕਰਾਰੇ ਸਨ ਸਰਕਾਰ ਇਹ ਯਤਨ ਵਿੱਚ ਸੀ ਕਿ ਕਲਗੀਆਂ ਵਾਲੇ ਮਹਾਰਾਜ ਦੀ ਪੈਦਾ ਕੀਤੀ ਹੋਈ ਸਿੱਖੀ ਕਿਸ ਢੰਗ ਨਾਲ ਖਤਮ ਕੀਤੀ ਜਾ ਸਕਦੀ ਹੈ ਉੰਨੀ ਬਾਦਸ਼ਾਹ ਮੁਸਲਮਾਨਾਂ ਦੇ ਵਕਤ ਬਾਅਦ ਵਕਤ ਹੋਏ ਨੇ ਜਿਨ੍ਹਾਂ ਸਾਰਿਆਂ ਇਹ ਹੀ ਚਾਰਾ ਕੀਤਾ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਸਿੱਖੀ ਨੂੰ ਕਿਹੜੇ ਢੰਗ ਨਾਲ ਖਤਮ ਕੀਤਾ ਜਾਏ ਕਿਉਂਕਿ ਹੋਰ ਕੋਈ ਹਿੰਦੁਸਤਾਨ ਦੀ ਨਹੀਂ ਦੁਨੀਆ ਦੀ ਕੌਮ ਵੀ ਮੁਗਲਾਂ ਦੇ ਸਾਹਮਣੇ ਸਿਰ ਚੁੱਕਣ ਦਾ ਯਤਨ ਨਹੀਂ ਸੀ ਕਰਦੀ ਜੇ ਕੋਈ ਅਣਖੀ ਕੌਮ ਸੀ ਉਹ ਸੀ ਖਾਲਸਾ ਕੌਮ ਜਿਨ੍ਹਾਂ ਦਾ ਨਿਸ਼ਾਨਾ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਨ੍ਹਾਂ ਦੀ ਅਰਦਾਸ ਸੀ ਵੰਡ ਕੇ ਛਕਣਾ ਨਾਮ ਜਪਣਾ ਔਰ ਗਰੀਬ ਉੱਤੇ ਗਰੀਬ ਮਾਰ ਹੁੰਦੀ ਵੇਖ ਕੇ ਨਹੀਂ ਜਰਨੀ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ ਇਹ ਖਾਲਸੇ ਦਾ ਪਰਮ ਧਰਮ ਇੱਕ ਨਿਯਮ ਸੀ ਸੋਚਿਆ ਸਰਕਾਰ ਦੇ ਆ ਲੋਕਾਂ ਨੇ ਕਿ ਖਾਲਸਾ ਜਿੰਨਾ ਚਿਰ ਮੁੱਕਦਾ ਨਹੀਂ ਜਹਾਨ ਵਿੱਚੋਂ ਉਹਨਾਂ ਚਿਰ ਸਰਕਾਰ ਨੂੰ ਸੁੱਖ ਦੀ ਨੀਂਦ ਨਹੀਂ ਮਿਲੇਗੀ ਇਹਨਾਂ ਪ੍ਰੋਗਰਾਮ ਬਣਾਇਆ ਕਿ ਸਿੱਖ ਜਿੱਥੋਂ ਪੈਦਾ ਹੁੰਦੇ ਨੇ ਜਿੱਥੋਂ ਕੋਈ ਨਿਸ਼ਾਨਾ ਲੈਂਦੇ ਨੇ ਉਹਨਾਂ ਤੀਰਥਾਂ ਨੂੰ ਖਤਮ ਕੀਤਾ ਜਾਏ ਸਰਕਾਰ ਨੇ ਪ੍ਰੋਗਰਾਮ ਬਣਾ ਕੇ ਇਹ ਸੋਚਿਆ ਕਿ ਅੰਮ੍ਰਿਤਸਰ ਦਾ ਇੱਕ ਐਸਾ ਸਰੋਵਰ ਹੈ ਐਸਾ ਪਵਿੱਤਰ ਜਲ ਹੈ ਜਦ ਵੀ ਸਿੱਖ ਅਰਦਾਸ ਕਰਦਾ ਉਹ ਕਹਿੰਦਾ ਅੰਮ੍ਰਿਤਸਰ ਦੇ ਦਰਸ਼ਨ ਅਸ਼ਨਾਨ ਚੌਕੀਆਂ ਛੰਡੇ ਜੁਗੋ ਜੁਗ ਅਟਲ ਬਖਸ਼ੀ ਜਹਾਨ ਖਾਨ ਨੇ ਇਹ ਵਿਉਂਤ ਬਣਾ ਕੇ ਕਿ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਜਾਏ ਹਰਿ ਮੰਦਰ ਸਾਹਿਬ ਢਾ ਕੇ ਧਰਤੀ ਨਾਲ ਮਿਲਾ ਦਿੱਤਾ ਜਾਏ ਅਕਾਲ ਤਖਤ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਜਾਏ ਇਹ ਵਿਉਂਤ ਬਣਾ ਕੇ ਸਰਕਾਰ ਨੇ ਜਮਾਲ ਖਾਨ ਜਰਨੈਲ ਨੂੰ 40000 ਫੌਜ ਦੇ ਕੇ ਅੰਮ੍ਰਿਤਸਰ ਦੀ ਤਬਾਈ ਕਰਨ ਵਾਸਤੇ ਅੰਮ੍ਰਿਤਸਰ ਦਾ ਸਰੋਵਰ ਪੂਰਨ ਵਾਸਤੇ ਅੰਮ੍ਰਿਤਸਰ ਦਾ ਹਰੀ ਮੰਦਰ ਅਡਾਉਣ ਵਾਸਤੇ ਮੁਗਲ ਸਰਕਾਰ ਨੇ ਭੇਜ ਦਿੱਤਾ ਬਖਸ਼ੀ ਜਹਾਨ ਖਾਨ ਦੇ ਹੁਕਮ ਨਾਲ ਅੰਮ੍ਰਿਤਸਰ ਸਰੋਵਰ ਦੀ ਬਦਬੀ ਹੋਣ ਲੱਗੀ ਅੰਮ੍ਰਿਤਸਰ ਦੇ ਹਰੀ ਮੰਦਰ ਦੀ ਬਦਬੀ ਹੋਣ ਲੱਗੀ ਚਾਰਚ ਫੇਲਾ ਮੁਗਲ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਹੜਾ ਕੋਈ ਸਿੱਖ ਇਸ਼ਨਾਨ ਕਰਨੇ ਆਉਂਦਾ ਸੀ ਉਸ ਨੂੰ ਮਾਰ ਦਿੱਤਾ ਜਾਂਦਾ ਸੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਇੱਕ ਗੁਰੂ ਦਾ ਨਾਮ ਲੈਵਾ ਕਲਗੀਧਰ ਦਾ ਸੱਚਾ ਸਿੱਖ ਅਸ਼ਨਾਣ ਕਰਨ ਵਾਸਤੇ ਆਇਆ ਇਹਨੇ ਵੇਖਿਆ ਬਖਸ਼ੀ ਜਹਾਨ ਖਾਨ ਦੇ ਹੁਕਮ ਨਾਲ ਗੁਰੂ ਕੇ ਹਰਿਮੰਦਰ ਦੀ ਬਦਬੀ ਕੀਤੀ ਜਾ ਰਹੀ ਹੈ ਸਰੋਵਰ ਘੋੜਿਆਂ ਦੀ ਲਿੱਦ ਪਾ ਕੇ ਪੂਰਿਆ ਜਾ ਰਿਹਾ ਆਇਆ ਸੀ ਅਸ਼ਨਾਣ ਕਰਨ ਪਰ ਅਸ਼ਨਾਣ ਨਹੀਂ ਕਰ ਸਕਿਆ ਮਨ ਵਿੱਚ ਵਿਉਂਤ ਬਣਾ ਕੇ ਸਿੰਘਾਂ ਨੂੰ ਖਬਰ ਦੇਣ ਲਈ ਇਸ ਨੇ ਹੱਲਾ ਕੀਤਾ ਇਸ ਨੇ ਮਨ ਵਿੱਚ ਸਕੀਮ ਬਣਾਈ ਮੰਝਲ ਮਾਰਦਾ ਹੋਇਆ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਸਾਹਿਬ ਦੇ ਹਜ਼ੂਰ ਜਾ ਪਹੁੰਚਾ ਸਿੰਘਾ ਦਾ ਦੀਵਾਨ ਸੱਜਿਆ ਹੋਇਆ ਸੀ ਆਸਾ ਦੀ ਵਾਰ ਦਾ ਭੋਗ ਪਿਆ ਕਲਗੀਆਂ ਵਾਲੇ ਦੇ ਇਹ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਬਾਬਾ ਦੀਪ ਸਿੰਘ ਦੇ ਸਾਹਮਣੇ ਖਲੋ ਕੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਗੁਰੂ ਕੀ ਫਤਿਹ ਬੁਲਾਉਣ ਤੋਂ ਬਾਅਦ ਸਿੰਘ ਸਾਹਿਬ ਨੂੰ ਪੁੱਛਿਆ ਉਹ ਖਾਲਸਾ ਜੀ ਕਿਵੇਂ ਦਰਸ਼ਨ ਦਿੱਤੇ ਨੇ ਕਿੱਧਰੋਂ ਆਇਆ ਨੇ ਕਲਗੀਆਂ ਵਾਲੇ ਦੀਆਂ ਫੌਜਾਂ ਸਿੰਘ ਨੇ ਸਿਰ ਝੁਕਾ ਕੇ ਕਿਹਾ ਬਾਬਾ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਬਾਬਾ ਦੀਪ ਸਿੰਘ ਨੇ ਕਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਹੋ ਇਹਨੇ ਕਿਹਾ ਹਾਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਜਰਾ ਲਾਗੇ ਹੋ ਮੈਂ ਤੇਰੇ ਚਰਨਾਂ ਨੂੰ ਹੱਥ ਲਾਵਾਂ ਆਪਣੇ ਮਸਤਕ ਨੂੰ ਛੁਆਵਾਂ ਕਿਉਂ ਕਿ ਤੂੰ ਮੇਰੇ ਗੁਰੂ ਦੇ ਨਗਰੋਂ ਆਇਆ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਡਿੱਠੇ ਸੱਬੇ ਥਾਂ ਨਹੀਂ ਤੁਦਜਿਆ ਤੂੰ ਉੱਥੋਂ ਆਇਆ ਹੈ ਤੇਰੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮਸਤਕ ਨੂੰ ਛਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹਾਂ ਇਹ ਸਿੰਘ ਨੇ ਹੋਰ ਪਰੇ ਹੋ ਕੇ ਆਖਿਆ ਬਾਬਾ ਜੀ ਇਹ ਗਲਤੀ ਨਾ ਕਰਿਓ ਅੱਜ ਮੇਰੇ ਚਰਨ ਛੋਣ ਵਾਲੇ ਨਹੀਂ ਬਾਬਾ ਦੀਪ ਸਿੰਘ ਨੇ ਕਿਹਾ ਸਿੰਘਾ ਅੰਮ੍ਰਿਤਸਰ ਤੋਂ ਆਏ ਚਰਨ ਕਿਉਂ ਨਾ ਛੋਣ ਵਾਲੇ ਹੋਣ ਇਹ ਪਵਿੱਤਰ ਚਰਨ ਕਿਉਂ ਨਾ ਹੋਣ ਜਿਹੜੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਚੋਂ ਆਏ ਨੇ ਸਿੰਘ ਨੇ ਕਿਹਾ ਬਾਬਾ ਜੀ ਉਹ ਹੁੰਦੇ ਨੇ ਚਰਨ ਛੋਣ ਵਾਲੇ ਜਿਹੜੇ ਸੁਖ ਦਾ ਸੁਨਿਆ ਲੈ ਕੇ ਆਉਂਦੇ ਨੇ ਅੱਜ ਮੈਂ ਸੁਨੇਹਾ ਸੁਖਦਾ ਨਹੀਂ ਲੈ ਕੇ ਆਇਆ ਇਸ ਲਈ ਇਹ ਚਰਨ ਛੋਣ ਵਾਲੇ ਨਹੀਂ ਬਾਬਾ ਜੀ ਨੇ ਆਖਿਆ ਕੀ ਬੋਲਦਾ ਹੈ ਅੰਮ੍ਰਿਤਸਰ ਤੋਂ ਆਇਆ ਸ਼ੁਭ ਸੁਨੇਹਾ ਨਹੀਂ ਕੀ ਵਾਰਦਾਤ ਹੈ ਸਿੰਘ ਨੇ ਆਖਿਆ ਬਾਬਾ ਜੀ ਜਿਸ ਸਰੋਵਰ ਚੋਂ ਨਾ ਕੇ ਕਾਵਾਂ ਤੋਂ ਹੰਸ ਬਣਦੇ ਸਨ ਜਿਸ ਹਰਮੰਦਰ ਵਿੱਚ ਮੱਥਾ ਟੇਕਿਆ ਜਨਮਾਂ ਦੀ ਮਹਿਲ ਕੱਟੀ ਜਾਂਦੀ ਹੈ ਰੇਖ ਤਬਦੀਲ ਹੋ ਜਾਂਦੀ ਹੈ ਉਸ ਹਰਮੰਦਰ ਸਾਹਿਬ ਦੀਆਂ ਨੀਂਹਾਂ ਵਿੱਚ ਅਬਦਾਲੀਆਂ ਦੀ ਫੌਜ ਨੇ ਬਰੂਦ ਦੇ ਕੁੱਪੇ ਨੱਪ ਦਿੱਤੇ ਨੇ ਜੇ ਚੰਦ ਦਿਨ ਖਾਲਸਾ ਫੌਜ ਉੱਥੇ ਨਾ ਪਹੁੰਚੀ ਹਰਿਮੰਦਰ ਉਡਾ ਦਿੱਤਾ ਜਾਏਗਾ ਸਰੋਵਰ ਘੋੜਿਆਂ ਦੀ ਲਿੱਦ ਪਾ ਕੇ ਪੁਰਨਾ ਸ਼ੁਰੂ ਕੀਤਾ ਹੋਇਆ ਨਾਮੋ ਨਿਸ਼ਾਨ ਮਟਾਤੇ ਜਾਣਗੇ ਤੇਰੇ ਗੁਰੂ ਦੇ ਗੁਰਸਥਾਨਾਂ ਦੇ ਬਾਬਾ ਜੀ ਦੀਆਂ ਅੱਖਾਂ ਵਿੱਚ ਲਹੂ ਆ ਗਿਆ ਡੌਲੇ ਜੋਸ਼ ਵਿੱਚ ਫਰਕੇ ਉੱਠਿਆ ਬਾਬਾ ਦੀਪ ਸਿੰਘ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ ਹੇ ਕਲਗੀਆਂ ਵਾਲਿਆ ਜਿੰਨਾ ਚਿਰ ਅਬਦਾਲੀ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਵਿੱਚੋਂ ਨਹੀਂ ਪੁੱਟ ਲੈਂਦਾ ਉਨਾਂ ਚਿਰ ਸ਼ਹੀਦੀ ਪ੍ਰਾਪਤ ਨਹੀਂ ਕਰੂੰਗਾ ਹੋਣੀ ਕੰਬੁੱਠੀ ਇਹਨੇ ਆਖਿਆ ਬਾਬਾ ਦੀਪ ਸਿੰਘਾ ਇਹ ਅਨੋਖਾ ਪਰਨਨਾ ਕਰ ਇਹ ਕਹਦੇ ਵੀ ਜੇ ਅੰਮ੍ਰਿਤਸਰ ਵਿੱਚੋਂ ਅਬਦਾਲੀ ਦੇ ਝੰਡੇ ਨਾ ਪੁੱਟੇ ਗਏ ਤੇ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ ਇਹਨੇ ਆਖਿਆ ਨਹੀਂ ਹੋਣੀਏ ਅਬਦਾਲੀ ਦੇ ਝੰਡੇ ਪੁੱਟ ਕੇ ਸ਼ਹੀਦੀ ਪਾਉਂਗਾ ਇਹਨੇ ਆਖਿਆ ਬਾਬਾ ਮੈਨੂੰ ਲੋਕ ਹੋਣੀ ਆਂਦੇ ਨੇ ਅਰਜਣ ਨੇ ਅਬ ਮੰਨੂ ਦੀ ਲੋਹ ਤੇ ਖਲੋਕੇ ਪਰਨ ਕੀਤਾ ਸੀ ਕਿ ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲਾਂ ਮੈਂ ਆਪਣੇ ਵੈਰੀ ਜੈਦਰਥ ਨੂੰ ਨਾ ਮਾਰ ਲਿਆ ਤੇ ਅੱਗ ਵਿੱਚ ਸੜ ਕੇ ਮਰ ਜਾਵਾਂਗਾ ਇਹ ਪਰਨ ਨਹੀਂ ਸੀ ਕੀਤਾ ਕਿ ਜਿੰਨਾ ਚਿਰ ਵੈਰੀ ਨੂੰ ਨਾ ਮਾਰਿਆ ਮਰੂੰਗਾ ਨਹੀਂ ਇਹ ਆਖ ਜੇ ਅਬਦਾਲੀ ਦੇ ਝੰਡੇ ਨਾ ਪੁੱਟੇ ਗਏ ਸ਼ਹੀਦੀ ਪਾਉਂਗਾ ਬਾਬਾ ਜੀ ਨੇ ਕਿਹਾ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ ਅਸੀਂ ਫੜ ਫੜ ਜਮ ਨਗਾ دیے ਸੂਈਆਂ ਦੇ ਨੱਕੇ ਨਹੀਂ ਸਾਨੂੰ ਅੰਮ੍ਰਿਤ ਸਰਵਲ ਜਾਂਦਿਆਂ ਦੱਸ ਕਿਹੜਾ ਡਕੇ ਅਰਦਾਸ ਕੀਤੀ ਬਾਬਾ ਜੀ ਨੇ ਹੇ ਗੁਰੂ ਅਰਜਨ ਦੇਵ ਮਹਾਰਾਜ ਹੇ ਗੁਰੂ ਰਾਮਦਾਸ ਮਹਾਰਾਜ ਲੋਕ ਪਤਾਸੇ ਤੇ ਫੁੱਲੀਆਂ ਲੈ ਕੇ ਤੇਰੇ ਦਰਬਾਰ ਵੱਲ ਤੁਰਦੇ ਨੇ ਮੈਂ ਸਿਰ ਦਾ ਚੜਾਵਾ ਲੈ ਕੇ ਤੁਰਿਆ ਹਾਂ ਇਹਨੂੰ ਪ੍ਰਵਾਨ ਕਰ ਲੈ ਲੱਗੀ ਨਗਾਰੇ ਤੇ ਚੋਟ ਸੋਧੀ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਨੇ ਛੱਡ ਕੇ ਪੰਜ ਜੰਕਾਰੇ ਮਾਲਵੇ ਦੀ ਧਰਤੀ 'ਚੋਂ ਮਾਝੇ ਦੀ ਧਰਤੀ ਵੱਲ ਨੂੰ ਬਾਬਾ ਜੀ ਤੁਰਨ ਲੱਗਾ ਜਦੋਂ ਨਗਾਰੇ ਤੇ ਚੋਟ ਲੱਗੀ ਤੇ ਚਫੇਰਾ ਗੂੰਜਿਆ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਛਾਪਾ ਮਾਰਿਆ ਜਿਨ੍ਹਾਂ ਦਰਬਾਰ ਉੱਤੇ ਬਾਬਾ ਉਹਨਾਂ ਦੀ ਛਾਤੀ ਤੇ ਚੜਨ ਤੁਰਿਆ ਲੈ ਕੇ ਮਾਲਵੇ ਮਾਝੇ ਦਵਾਬੀਆਂ ਨੂੰ ਓਏ ਲਾਵਾਂ ਫਤਿਹ ਦੀ ਦੇਵੀ ਨਾਲ ਪੜਨ ਤੁਰਿਆ ਪੂਰਾ ਸੰਤ ਸਿਪਾਹੀ ਤੇ ਰਾਜ ਜੋਗੀ ਕਿਸਮਤ ਨਵੀਂ ਪੰਜਾਬ ਦੀ ਕਰਨ ਤੁਰਿਆ ਲੱਗੀ ਨਗਾਰਿਆਂ ਤੇ ਦੋਹਰੀ ਚੋਟ ਤੇ ਸ਼ਹੀਦੀ ਜਥਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕੇਸਰੀ ਨਿਸ਼ਾਨਾ ਥੱਲੇ ਮਾਰੋ ਮਾਰ ਕਰਦਾ ਮੋਹ ਮਰਨੇ ਦਾ ਚਾਹ ਹੈ ਇਹ ਪੜਦਾ ਹੋਇਆ ਸ਼ਬਦ ਮਾਲਵੇ ਦੀ ਧਰਤੀ 'ਚੋਂ ਅੰਮ੍ਰਿਤਸਰ ਸਾਹਿਬ ਨੂੰ ਜਿਵੇਂ ਤੁਰਦਾ ਜੋਗੀ ਕਵੀਸ਼ਰ ਦਾ ਜਥਾ ਨਾਲ ਸਤਨਾਮ ਸਿੰਘ ਅਤੇ ਸਰਦਾਰਾ ਸਿੰਘ ਸ਼ੌਂਕੀ ਉਸ ਵੇਲੇ ਦੀ ਵਾਰਤਾ ਨੂੰ ਇਉਂ ਬਿਆਨ ਕਰ ਰਹੇ ਹਨ ਕਲਗੀ ਧਰ ਦੇ ਸ਼ੇਰ ਨੇ ਦਿੱਤੀ ਖੇਚਲ ਕੀਰੋ ਮਰਦ ਬਹਾਦਰ ਧਰਮ ਦੇ ਲੇਖੇ ਲਾਉਣ ਸਰੀਰ ਏ ਜੀ ਲੱਗੀ ਦੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨਉਂਦਰਾ ਪਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਗ ਗੱਜਰੀ ਫੋੜ ਅਕਲੀ ਕਿਸੇ ਮੋਢੇ ਪਾਈ ਦਿਨਾਲੀ ਕਹਿੰਦੇ ਚਿਰ ਤੋਂ ਤੇਗ ਜਨਾਲੀ ਸਿੰਘ ਕਿਲੇ ਕੁਫਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੁਰੇ ਛੱਡ ਕੇ ਪੰਜ ਜਕਾਰ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨਉਂਦਰਾ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜੈ ਬਜਰੀ ਫੋਜ ਅਕਾਲੀ ਕਿਸੇ ਮੋੜੇ ਪਈ ਦਿਨਾਲੀ ਕਹਿੰਦੇ ਜਰ ਤੋਂ ਤੇਗ ਦੀ ਨਾਲੀ ਸਿੰਘ ਕਿਲੇ ਕਫੂਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਓ ਭਾਈ ਓ ਤੁਰੇ ਕਰਕੇ ਇਰਾਦਾ ਪੱਕਾ ਵੈਰੀ ਕਰਦੇ ਧਰਮ ਤੇ ਟੱਕਾ ਚੱਲੇ ਪੌਣ ਜਬਰ ਨੂੰ ਡੱਕਾ ਜਿੰਦਵਾਰ ਕੇ ਧਰਮ ਬਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਵਰਤਾਂ ਮੇ ਯਾਦ ਕਰਾਉਣਾ ਮੁੜ ਮੁੜ ਵੀ ਜਗ ਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਖੀ ਦੀ ਸ਼ਾਲ ਚਮਕਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਪਰਵਾਨੇ ਜੁੜ ਕੇ ਨਹੀਂ ਤੱਕਣਾ ਪਛਾਣੂ ਮੁੜ ਕੇ ਸਿਰ ਬਖਸ਼ਖ ਬਜ ਨਹੀਂ ਸਕਦੇ ਥੁੜ ਕੇ ਸਿੰਘ ਸਤ ਗੁਰ ਦੇ ਦਰ ਤੇ ਪੌਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੁਰ ਪਏ ਵਤਨ ਪੁਜਾਰੀ ਮਾਰੇ ਮਟਣਾ ਮਲੇ ਵਿੱਚ ਤਾਰੀ ਜੋ ਸਮੇਂ ਨਚੋਗ ਖਲਾਰੀ ਮਚ ਜਵਰੀ ਸ਼ਮਾ ਬਜਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਿੱਥੇ ਜਿੱਥੇ ਸੁਣ ਪਾਈਆਂ ਸਿੰਘ ਤੁਰ ਪਏ ਕਰਕੇ ਤਾਇਆ ਹੱਥੀ ਤੇਗਾ ਖੂਨ ਧਿਆਈਆ ਹੋਣੀ ਨਾਲ ਹਾਨ ਮਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜੱਜ ਨੱਦ ਕੇ ਆਖੜ ਕੋੜ ਹੁਲਦੀ ਨੀ ਜਾਣਗੇ ਤੋੜ ਜੁਮੇਗਾ ਦੀ ਧਾਨ ਮਰੋੜੇ ਪਾਪੀ ਦਾ ਨਾਮ ਮਟਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਓ ਚੰਮ ਨੇਜੇ ਸਿੰਘਾਂ ਦੇ ਛੂਕਣ ਹਨੂ ਚੜ ਪਿਆ ਲੰਕਾ ਫੂਕਣ ਯਾਰੋ ਤੰਦੀਆਂ ਕੁਮਾਨਾ ਹੂਕਣ ਤੀਰਾਂ ਨਾਲ ਲੇਖ ਲਖਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸੰਮਾਲ ਵਾਤੇ ਦੁਆਬਾ ਸੰਮਾਲ ਵਾਤੇ ਦੁਆਬਾ ਲੈ ਪੁਰਿਆ ਬੁੱਢੜਾ ਬਾਬਾ ਕਹਿੰਦਾ ਬੱਲੇ ਮਜੈ ਲੋ ਸ਼ਾਬਾ ਜੋ ਵੀਰ ਅਲ ਗੁਰਮੁਖ ਗਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਬਈ ਕਲਗੀਆਂ ਵਾਲੇ ਨੇ ਪਤਾ ਨਹੀਂ ਕੀ ਸਪਿਰਟ ਪਾ ਦਿੰਦੀ ਐ ਇਹ ਸਿੱਖਾਂ ਦੀ ਕੌਮ ਵਿੱਚ ਪਤਾ ਨਹੀਂ ਖੰਡੇ ਤੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਤਾਕਤ ਭਰ ਦਿੰਦੀ ਐ ਜਿਹੜਾ ਅੰਮ੍ਰਿਤ ਛਕ ਲੈਂਦਾ ਉਹ ਮੌਤ ਨੂੰ ਮਜ਼ਾਕਾਂ ਕਰਨ ਲੱਗ ਜਾਂਦਾ ਅਬਦਾਲੀ ਆਪਣੀ ਕਲਮ ਨਾਲ ਲਿਖਦਾ ਕਿ ਸਿੰਘ ਲੋਹੇ ਦਾ ਕਿਲਾ ਹੈ ਕੋਈ ਤਾਕਤ ਇਹਨਾਂ ਨੂੰ ਤੋੜਨ ਵਿੱਚ ਸ਼ਾਇਦ ਕਾਮਯਾਬ ਨਾ ਹੋ ਸਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜੋ ਵਰਦ ਤਾ ਸਵਾ ਲੱਖ ਸੇ ਏਕ ਲੜਾਉ ਚਿੜੀਆਂ ਕੋਲੋਂ ਬਾਝ ਤੜਾਉ ਗਿੱਦੜਾਂ ਕੋਲੋਂ ਸ਼ੇਰ ਮਰਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੱਲਾਂ ਨਾਲ ਨਹੀਂ ਕਦੇ ਕੋਈ ਕੌਮ ਬਣਦੀ ਓਏ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਇੱਕ ਸ਼ਾਇਰ ਕਹਿੰਦਾ ਛਾਲ ਮਾਰ ਕੇ ਨਿੱਤਰੇ ਕੋਈ ਕੋਈ ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ ਧਿਆਨਤਦਾਰ ਦੀ ਪ੍ਰੀਖਿਆ ਤਦ ਹੁੰਦੀ ਗੋਡੇ-ਗੋਡੇ ਜਾਂ ਭੁੱਖ ਤੇ ਨੰਗ ਹੋਵੇ ਉਦੋਂ ਆਪਣਾ ਆਪ ਬਚਾਏ ਕੋਈ ਕੋਈ ਜਦੋਂ ਘੇਰਿਆ ਵਿੱਚ ਕ ਸੰਗ ਹੋਵੇ ਕਿਸੇ ਕਿਸੇ ਦੀ ਰਵੇ ਜ਼ੁਬਾਨ ਮਿੱਠੀ ਦੇਹੀ ਸੁਖ ਕੇ ਜਦੋਂ ਕ ਰੰਗ ਹੋਵੇ ਨਾਰ ਪਤੀ ਦੀ ਸੇਵਾ ਕੋਈ ਕਰੇ ਵਿਰਲੀ ਜਦੋਂ ਚੁੱਲ੍ਹੇ ਚ ਭੁੱਜਦੀ ਭੰਗ ਹੋਵੇ ਉਦੋਂ ਵਿਰਲਾ ਹੀ ਕੋਈ ਕਵਿਤਾ ਨੂੰ ਸਿਰੇ ਚਾੜੇ ਜਿੱਥੇ ਕਵਿਤਾ ਦਾ ਕਾਫੀਆ ਤੰਗ ਹੋਵੇ ਕਲਗੀ ਵਾਲੇ ਪਾਤਸ਼ਾਹ ਦੇ ਸੂਰਮੇ ਬਹਾਦਰ ਨੇ ਧਰਮ ਨੂੰ ਅਪਣਾਇਆ ਹੈ ਧਰਮ ਅਤੇ ਰਾਜਨੀਤੀ ਦੋ ਗੱਲਾਂ ਨੇ ਰਾਜਨੀਤੀ ਕਹਿੰਦੀ ਹੈ ਕਿ ਕੰਮ ਹੋ ਜਾਣਾ ਚਾਹੀਦਾ ਹੈ ਭਾਵੇਂ ਕਿਸੇ ਕੋਲੋਂ ਕਰਾ ਲਓ ਧਰਮ ਕਹਿੰਦਾ ਜੋ ਕਰਨਾ ਹੈ ਆਪਣੇ ਹੱਥੀ ਕਰਕੇ ਵਿਖਾ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਤੈਨੂੰ ਕਿਸੇ ਨਾਲ ਕੀ ਬਾਬਾ ਦੀਪ ਸਿੰਘ ਸਾਹਿਬ ਨੇ ਧਰਮ ਨੂੰ ਮੁੱਖ ਰੱਖਿਆ ਅਰਦਾਸਾ ਕੀਤਾ ਨਗਾਰੇ ਤੇ ਚੋਟ ਲਾਈ ਹੈ ਮੰਜਲਾ ਕੱਟਦਾ ਹੋਇਆ ਇਹ ਸ਼ਹੀਦੀ ਜਥਾ ਖੇਮ ਕਰਨ ਦੇ ਰਸਤੇ ਪਿੱਖੀਵਿੰਡ ਦੇ ਕੋਲ ਦੀ ਮਾਝੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਇੱਕ ਰਾਤ ਤਰਨ ਤਰਨ ਆ ਕੇ ਟਿਕਿਆ ਰਾਤ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਕੱਟੀ ਹੈ ਸਵੇਰੇ ਇਥੋਂ ਜਥਾ ਚਾਲਾ ਪਾਉਣ ਲੱਗਾ ਹੈ ਵੀਰ ਬਹਾਦਰ ਸੂਰਮੇ ਨੇ ਬੁੱਢੇ ਜਰਨੈਲ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਖਲੋ ਕੇ ਅਰਦਾਸ ਕੀਤੀ ਹੈ हे ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਮੈਂ ਸ਼ਹਾਦਤ ਦਾ ਬਾਟਾ ਪੀਣ ਚੱਲਿਆ ਹਾਂ ਸਿੱਖ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵਾਂ। हे ਗੁਰੂ ਰਾਮਦਾਸ ਮਹਾਰਾਜ ਮੈਂ ਸਿਰ ਦਾ ਚੜਾਵਾ ਲੈ ਕੇ ਤੁਰ ਪਿਆ ਹਾਂ ਆਪਣੇ ਦਰ ਪ੍ਰਵਾਨ ਕਰ ਲਈ। ਭਾਈ ਬਾਬਾ ਦੀਪ ਸਿੰਘ ਸਾਹਿਬ ਨੇ ਇੱਥੇ ਖੰਡੇ ਨਾਲ ਲਕੀਰ ਖਿੱਚੀ ਹੈ। ਬੇਨਤੀ ਕਰਦਾ ਹਾਂ ਸਿੰਘਾਂ ਦੇ ਦਰਬਾਰ ਵਿੱਚ ਕਦੇ ਵੀ ਕਿਸੇ ਸਿੱਖ ਨੂੰ ਕਿਸੇ ਬੱਚੇ ਨੂੰ ਜਾਣ ਦਾ ਮੌਕਾ ਮਿਲੇ ਸ੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਸਿੱਖ ਅਜਾਇਬ ਘਰ ਦੇ ਜ਼ਰੂਰ ਦਰਸ਼ਨ ਕਰਿਆ ਕਰੋ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤੁਹਾਡਾ ਮੂੰਹੋਂ ਬੋਲਦਾ ਇਤਿਹਾਸ ਹੈ ਕੇਂਦਰੀ ਸਿੱਖ ਅਜਾਇਬ ਘਰ ਤੁਹਾਡੇ ਵੱਡ ਵਡੇਰਿਆਂ ਦੀਆਂ ਮਾਰੀਆਂ ਹੋਈਆਂ ਤੇਗਾਂ ਦਾ ਇਤਿਹਾਸ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ ਬਾਬਾ ਦੀਪ ਸਿੰਘ ਸਾਹਿਬ ਖੰਡੇ ਨਾਲ ਲਕੀਰ ਖਿੱਚ ਰਹੇ ਨੇ ਕਿਤੇ ਜਾਓ ਅੰਮ੍ਰਿਤਸਰ ਸਾਹਿਬ ਇਹ ਦ੍ਰਿਸ਼ ਅੱਖੀਂ ਵੇਖ ਸਕੋਗੇ ਬੁੱਢਾ ਜਰਨੈਲ ਲੀਕ ਮਾਰ ਕੇ ਖੰਡੇ ਨਾਲ ਕਹਿੰਦਾ ਜਿਹੜੇ ਸੂਰਮੇ ਮਰਨ ਆਏ ਨੇ ਜਿਹੜੇ ਸੂਰਮੇ ਸ਼ਹੀਦੀ ਪਾਉਣ ਆਏ ਨੇ ਜਿਹੜੇ ਧਰਮ ਤੋਂ ਆਪਾਂ ਵਾਰਨੇ ਆਏ ਨੇ ਉਹ ਲੀਕ ਟੱਪਿਓ ਕੋਈ ਦੂਸਰਾ ਬੰਦਾ ਲੀਕ ਨਾ ਟੱਪੇ ਇਤਿਹਾਸ ਕਹਿੰਦਾ ਹੈ ਉਹ ਸੀਨ ਵੀ ਦੱਸਦਾ ਹੈ ਯਾਰ ਉਹ ਟੁੱਟੇ ਹੋਏ ਮਿਆਨਾਵਾਲੀਆਂ ਤਲਵਾਰਾਂ ਫਟੇ ਹੋਏ ਕਸ਼ਹਰੇ ਨਿਹੰਗ ਸਿੰਘਾਂ ਦੇ ਨੰਗੇ ਪਿੰਡੇ ਤੇ ਨੰਗੇ ਪੈਰ ਅੱਠ ਅੱਠ ਦਿਨ ਭੁੱਜੇ ਹੋਏ ਛੋਲੇ ਚੱਬ ਕੇ ਗੁਜ਼ਾਰਾ ਕਰਨ ਵਾਲਾ ਖਾਲਸਾ ਛਾਲਾ ਮਾਰਦਾ ਲੀਕ ਟੱਪ ਗਿਆ ਜਦੋਂ ਮਲਵੇਉਂ ਜਥਾ ਤੁਰਿਆ ਸੀ 223000 ਦੇ ਕਰੀਬ ਸਭੋ ਫੌਜ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਪਰ ਜਿਸ ਵੇਲੇ ਤਰਨ ਤਾਰਨ ਸਾਹਿਬ ਤੋਂ ਗੋਲਵੜ ਦੇ ਮੈਦਾਨ ਵੱਲ ਨੂੰ ਤੁਰਨ ਲੱਗੇ ਚੱਬੇ ਦੇ ਮੈਦਾਨ ਵੱਲ ਨੂੰ ਤੁਰਨ ਲੱਗੇ ਸ਼ਹੀਦੀ ਪਾਉਣ ਵਾਲਿਆਂ ਦੀ ਗਿਣਤੀ 10000 ਨੂੰ ਪਹੁੰਚ ਗਈ ਹੈ ਕੋਈ ਕੌਮ ਜਿਹੜੀ ਸ਼ਹੀਦੀ ਬਾਟਾ ਛਕਣ ਦੇ ਨਾਂ ਤੇ ਵੱਸ ਸਕੇ ਹੈ ਕੋਈ ਕੌਮ ਜਿਹੜੀ ਸ਼ਹੀਦੀ ਦਾ ਨਾਂ ਸੁਣ ਕੇ ਗਦਗਦ ਹੋ اٹھے ਕੁੱਦ ਪਵੇ ਮੈਦਾਨ ਵਿੱਚ ਇਹ ਹੈ ਸਿੰਘਾਂ ਦੀ ਕੌਮ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਮਰ ਜੂੜੇ ਖਾਲਸੇ 10000 ਧਰਮ ਦੇ ਨਾਂ ਤੋਂ ਸ਼ਹੀਦੀਆਂ ਪਾਉਣ ਵਾਲੇ ਛਾਲਾਂ ਮਾਰਦੇ ਲੀਕ ਟੱਪ ਗਏ ਇਹ ਕਾਫਲਾ ਮਰ ਜੂੜਿਆਂ ਦਾ ਇਹ ਜਥਾ ਧਰਮ ਤੋਂ ਜਾਨ ਵਾਰਨ ਵਾਲਿਆਂ ਦਾ ਗੋਲਵੜ ਦੇ ਮੈਦਾਨ ਵਿੱਚ ਆ ਉਤਰਿਆ ਇਧਰ ਬਖਸ਼ੀ ਜਹਾਨ ਖਾਨ ਦੇ 49 ਜਰਨੈਲ ਜਮਾਲ ਖਾਨ ਦੀ ਜਰਨੈਲੀ ਚੱਬੇ ਦੇ ਮੈਦਾਨ ਵਿੱਚ ਆ ਲੱਥੇ 40000 ਉਹ ਬੰਦੇ ਜਿਨ੍ਹਾਂ ਦੇ ਦਿਆਂ-ਦਿਆਂ ਜਿੱਡੇ ਕੱਦ ਜਿਹੜੇ ਸਭ ਤੋਂ ਛੋਟੇ ਸੀ ਗੁਰਦੇਵ ਸਿੰਘ ਮਾਨ ਕਹਿੰਦਾ ਉਹ ਵੀ 9.9 ਫੁੱਟ ਦੇ ਇਸ ਸੀਨ ਨੂੰ ਲਿਖਦੇ ਆ ਗੁਰਦੇਵ ਸਿੰਘ ਮਾਨ ਨੇ ਮਾਨ ਸਰੋਵਰ ਕਿਤਾਬ ਵਿੱਚ ਲਿਖਿਆ ਉਹਨਾਂ ਦੇ ਕੁੜਤੇ 20 20 ਗਜਾਂ ਦੇ ਹਾਲੇ ਵੀ ਭੀੜੇ ਉਹਨਾਂ ਟੰਕ ਕੇ ਲਾਏ ਜਾਗਤੀ ਨਾ ਮਾਰੇ ਵੀੜੇ ਉਹਨਾਂ ਮਾਸ ਗੁਲੱਛੀ ਖਾਲੇ ਨਾ ਸ਼ੁਰੀਆਂ ਚੀਰੇ ਉਹਨਾਂ ਦੁੰਬੇ ਭੁੰਨੇ ਸਾਬਤੇ ਕੁਝ ਕੱਚ ਕਚੀੜੇ ਉਹ ਵੀ 9.5 9 ਫੁੱਟ ਦੇ ਜੋ ਸੀ ਮਧਰੀੜੇ ਜਿਵੇਂ ਰੁੱਢੀ ਪਾਣੀ ਪੈ ਗਿਆ ਆ ਨਿਕਲੇ ਕੀੜੇ 40000 ਅਬਦਾਲੀ ਸਾਬਤ ਸਾਬਦ ਦੁੰਬਾ ਖਾਣ ਵਾਲੇ ਚੱਬੇ ਦੇ ਮੈਦਾਨ ਵਿੱਚ ਆ ਉਤਰੇ ਇਧਰ ਖਾਲਸਾ ਨਗਾਰਿਆਂ ਤੇ ਚੋਟਾਂ ਮਾਰਦਾ ਸਤ ਸ੍ਰੀ ਅਕਾਲ ਦੇ ਜਿੰਕਾਰੇ ਛੜਦਾ ਸੂਰਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੋੜੇ ਖੇਦ ਦਾ ਜੱਫ ਕਰਦਾ ਹੋਇਆ 10000 ਸੂਰਮਾ ਚੱਬੇ ਦੇ ਮੈਦਾਨ ਵਿੱਚ ਜਾ ਲੱਥਾ ਇੱਕ ਪਾਸੇ 40000 ਇੱਕ ਪਾਸੇ 10000 ਅੱਠ ਅੱਠ ਦਿਨ ਭੁੱਖੇ ਰਹਿਣ ਵਾਲੇ ਇੱਕ ਬੰਨੇ ਜਾਂ ਐਲੀ ਦੇ ਨਾਰੇ ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਗੀਆਂ ਨਗਾਰਿਆਂ ਤੇ ਚੋਟਾਂ ਤੇ ਲਹੂ ਡੋਲਵੀ ਲੜਾਈ ਚੱਬੇ ਦੇ ਮੈਦਾਨ ਵਿੱਚ ਹੈ ਐਉਂ ਸ਼ੁਰੂ ਹੋਈ ਸੋਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਤਾ ਪ੍ਰਜਾ ਪ੍ਰਜਾ ਘਟ ਮਰੇ ਕਬੂਰਾ ਛੱਡ ਕੇ ਤਾ ਲੱਗੀ ਚੋਟ ਨਗਾਰਿਆਂ ਨਗਾਰਿਆਂ ਤੇ ਹਿਣਕੇ ਕੋੜੇ ਅਣਖੀ ਵੀਰ ਬਹਾਦਰਾਂ ਬਹਾਦਰਾਂ ਮੂਹ ਰਣ ਨੂੰ 모ੜੇ ਓਏ ਓ ਗਰਵੈਰੀ ਗੱਜ ਰਹਾਂ ਗੱਜ ਰੇ ਅੱਲਾਹੂ ਪੜਵੇ ਕਲਗੀ ਧਰਵੇ ਸੂਰਮੇ ਹਾਂ ਸੂਰਮੇ ਵਰ ਵੱਦ ਕੇ ਲੜਦੇ ਕਿੰਦਾ ਲੱਗੀ ਚੋਟ ਨਗਾਰਿਆਂ ਨਗਾਰਿਆਂ ਤੇ ਹਣਕੇ ਕੋੜੇ ਅਣਖੀ ਬੀਰ ਬਹਾਦਰਾਂ ਬਹਾਦਰਾਂ ਮੂਹ ਰਣ ਨੂੰ 모ੜੇ ਓਏ ਓ ਦਰਵੇਰੀ ਗੱਜ ਰਹਾ ਦੇ ਕੰਦਾ ਜੋਰੇ تیر ਕਮਾਨ ਨੂੰ ਹਾ ਕਮਾਨ ਨੂੰ ਸਤਗੁਰ ਦੇ ਸੂਰੇ ਉਧਰ ਖਾਨ ਜਹਾਨ ਖਾ ਜਹਾਨ ਖਾਇਆ ਡਟਿਆ ਮੂਰੇ ਪੱਛੋ ਤੌੜੇ ਸਿੰਘਾਂ ਦੇ ਹਾਂ ਸਿੰਘਾਂ ਦੇ ਜੋ ਅੱਗੇ ਅੜਦੇ ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵਦ ਵਦ ਕੇ ਲੜਦੇ ਓ ਰਾਮ ਸਿੰਘ ਤੇ ਧਿਆਲ ਸਿੰਘ ਹਾਂ ਧਿਆਲ ਸਿੰਘ ਮਾਰਨ ਲਲਕਾਰੇ ਵੀਰ ਸਿੰਘ ਬਲਵੰਤ ਸਿੰਘ ਹਾਂ ਬਲਵੰਤ ਸਿੰਘ ਜੋ ਕਦੇ ਨਹੀਂ ਹਾਰੇ ਚਿੱਤਰ ਗੁਪਤਲਾ ਕਈਆਂ ਨੂੰ ਹਾਂ ਕਈਆਂ ਨੂੰ ਹੱਥ ਕਰੀਆਂ ਖੜਦੇ ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵਦ ਵਦ ਕੇ ਲੜਦੇ ਪਹਿਲਾ ਨੱਥਾ ਸਿੰਘ ਤੇ ਅਗੜ ਸਿੰਘ ਹਾਂ ਅਗੜ ਸਿੰਘ ਕਰ ਹੱਲਾ ਪੈ ਗਏ ਗਾਜੀ ਬੁਰਜ ਹੰਕਾਰ ਦੇ ਹਾਂ ਹੰਕਾਰ ਦੇ ਕਈ ਰਣ ਵਿੱਚ ਟੈ ਗਏ ਵੱਜ ਕੇ ਤੇਰ ਜਵਾਨ ਦੀ ਹਾਂ ਜਵਾਨ ਦੀ ਫੁੱਲ ਟਾਲੇ ਚੜਦੇ ਕਲ ਵੀ ਧਰਦੇ ਸੂਰਮੇ ਹਾਂ ਸੂਰਮੇ ਵਦ ਵਦ ਕੇ ਲੜਦੇ ਸਿੱਖੀ ਸ਼ਾਨ ਮਟਾਉਣ ਨੂੰ ਹਾਂ ਮਟਾਉਣ ਨੂੰ ਜੋ ਚੜ ਕੇ ਆਏ ਕਲਗੀ ਧਰ ਦੇ ਜੋਰਿਆਂ ਵਈ ਜੋਰਿਆਂ ਕਈ ਧਰਤ ਲਟਾਏ ਉਹ ਧਰਮ ਉਤੋਂ ਜਿੰਦ ਸੀ ਇੱਕ ਸੂਰਮਾ ਦੂਸਰੇ ਦੇ ਗਲ ਪੈ ਕੇ ਜਾਂ ਉਹਨੂੰ ਸਦਾ ਲਈ ਖਤਮ ਕਰਨ ਲਈ ਜਾਂ ਉਹਦੇ ਨਾਲ ਲੜ ਕੇ ਸ਼ਹੀਦੀ ਬਾਟਾ ਛਕਣ ਲਈ ਕਾਲਾ ਪੈ ਰਿਆ ਸੀ ਅਮੀਰ ਜਾਨ ਖਾਨ ਵੇਖਦਾ ਜੰਗ ਦਾ ਨਜ਼ਾਰਾ ਕਹਿੰਦਾ ਸਾਡਾ ਪੱਲਾ ਹੌਲਾ ਹੁੰਦਾ ਜਾਂਦਾ ਹੈ ਛੇੜ ਕੇ ਆਪਣਾ ਹਥੀ ਜਾਂ ਐਲੀ ਦੇ ਨਾਰੇ ਮਾਰ ਕੇ ਸਿੰਘਾਂ ਦੇ ਮੁਕਾਬਲੇ ਚ ਆਉਂਦਾ ਖਾਲਸੇ ਦੇ ਦਲ ਉੱਤੇ ਜਿਵੇਂ ਛਾ ਜਾਣਾ ਚਾਹੁੰਦਾ ਉਸ ਵੇਲੇ ਦਾ ਸੀਨ ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਸੁਣੀਏ ਕਾ ਕਭੂਰ ਨਾ ਚੱਖਦੇ ਹਣਸਣ ਡੱਡੀਆਂ ਆਖਾੜਾ ਬਾਜਨਾ ਟੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣਾ ਮੀਰ ਆਣ ਕੇ ਸਿੰਘਾਂ ਦੇ ਮੂਰੇ ਵਧਿਆ ਜਾ ਹਾਥੀ ਛੇੜ ਕੇ ਉਹਨੂੰ ਵੇਖਿਆ ਵੇਖਿਆ ਦਿਆਲ ਸਿੰਘ ਸੂਰਮੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦਾ ਸੁਣ ਜਾ ਕਹਿੰਦਾ ਸੁਣ ਜਾ ਬਾਤ ਇੱਕ ਖਾਨਾ ਕਰ ਪਹਿਲ ਵਾਰ ਆਪਣਾ ਕਰੇ ਚਿੱਤ ਚ ਚਿੱਤ ਦੀ ਕਮਾਂਡ ਨਾ ਰਹਿ ਜੇ ਧੋਖੇ ਨਾਲ ਮਾਰਿਆ ਗਿਆ ਉਹਨੂੰ ਖਾਨ ਨੇ ਉਹਨੂੰ ਖਾਨ ਨੇ ਰੋਬ ਨਾਲ ਵੇਖਿਆ ਉਹਨੂੰ ਸਿੰਘ ਨੇ ਸਿੰਘ ਨੇ ਰੋਬ ਨਾਲ ਵੇਖਿਆ ਵੱਟ ਪੈ ਗੇ ਕਾਲਜੇ ਨੂੰ ਵਾਰ ਵਧ ਕੇ ਵੱਧਕੇ ਖਾਨ ਨੇ ਕੀਤਾ ਸਿੰਘ ਨੇ ਸੰਭਲ ਰੋਕਿਆ ਵਾਰੀ ਸਿੰਘ ਦੀ ਉਹ ਵਾਰੀ ਸਿੰਘ ਦੀ ਅੰਤ ਨੂੰ ਆ ਗਈ ਸਤ ਸ੍ਰੀ ਅਕਾਲ ਆ ਕੇ ਤੀਰ ਮਾਰਿਆ ਮਾਰਿਆ ਸੂਰਮੇ ਉਸ ਨੂੰ ਸ਼ਾਦੀ ਵਿੱਚ ਜਾ ਤਸਿਆ ਖਾ ਕੇ ਕੇਰਨੀ ਖਾ ਕੇ ਕੇਰਨੀ ਕੋੜੇ ਟੁੱਟ ਗਿਆ ਓਏ ਖਾ ਕੇ ਕੇਰਨੀ ਕੇਰਨੀ ਕੋੜੇ ਤੋਂ ਡਿੱ ਗਿਆ ਸਾਥੀਆਂ ਨੇ ਆ ਕੇ ਚੁੱਕਿਆ ਢੋਲੀ ਰੱਖ ਕੇ ਰੱਖ ਜਰਨੈਲ ਨੂੰ ਲੈ ਕੇ ਫੌਜੀਆਂ ਚਪਈਆਂ ਭਾਜੜਾ ਕਹਿੰਦੇ ਫਸ ਗਏ ਓਹ ਕਹਿੰਦਾ ਫਸ ਗਏ ਕਸੂਤੇ ਆਪਾਂ ਕਹਿੰਦੇ ਫਸ ਗਏ ਫਸ ਗਏ ਕਸੂਤੇ ਆਪਾਂ ਖਾਲਸੇ ਦਾ ਛੇੜ ਛੇੜ ਕੇ ਹਾਰ ਜਾਵਦੀ ਜਾਵਦੀ ਮੁਗਲ ਦੀ ਹੁਣ ਖਾਲਸੇ ਮੈਦਾਨ ਜਿੱਤਣਾ ਸੂਰੇ ਛਾਤੀਆਂ ਸੂਰੇ ਛਾਤੀਆਂ ਤਾਣ ਕੇ ਲੜਦੇ ਓਏ ਸੂਰੇ ਛਾਤੀਆਂ ਛਾਤੀਆਂ ਤਾਣ ਕੇ ਲੜਦੇ ਕਾਣੀ ਹੋ ਗਈ ਲਊ ਬੇਜਦੀਲ ਜੋਦੇ ਲੰਘਦੇ ਲੰਘਦੇ ਲਤਾੜ ਕੇ ਲੋਥਾਂ ਮੰਦਰ ਆਜ਼ਾਦ ਕਰਨਾ ਦੇਸ਼ ਕੌਮ ਤੋਂ ਉਹ ਦੇਸ਼ ਕੌਮ ਤੋਂ ਦਿਨਾਂ ਨੇ ਮਰ ਲੈ ਕਿਸੇ ਦਾ ਨਹੀਂ ਸਾਥ ਲੋੜਦੇ ਨਾਰੇ ਮਾਰਦੇ ਮਾਂ ਦੇ ਸੂਲੀ ਦੇ ਚੜ ਕੇ ਕਰਦੇ ਜੋ ਬਾਤ ਸੱਚ ਦੀ ਜੇਲਾ ਫਾਂਸੀਆਂ ਜੇਲਾ ਫਾਂਸੀਆਂ ਨਾਲ ਖੇਡਾਂ ਓਏ ਜੇਲਾ ਫਾਂਸੀਆਂ ਫਾਂਸਿਆਂ ਉਹਨਾਂ ਲਈ ਖੇਡਾ ਕਰਦੇ ਮਖੌਲ ਮੌਤ ਨੂੰ ਦਿਨ ਰਾਤ ਵੀ ਰਾਤ ਜੰਗਲਾਂ ਵਿੱਚ ਰਹਿਣਾ ਕਈ ਦਿਨ ਫਾਕੇ ਕਟਣੇ ਨਾਰ ਉਹਨਾਂ ਦੀ ਉਹ ਨਾਰ ਉਹਨਾਂ ਦੀ ਜਾਪਦੀ ਹੋਣੀ ਰਾਂਝਾ ਨੂੰ ਹੀਰ ਜਾਪਦੀ ਫੁੱਲ ਸਿਰਾਂ ਦੇ ਸਿਰਾਂ ਦੇ ਪਤੰਗ ਆ ਜੋ ਝੜਦੇ ਕੁੱਦ ਦੇ ਚਵਾਨ ਜਿੱਤਦੇ ਰਹਿਣਗੇ ਰਹਿਣਗੇ ਜੰਗ ਵਿੱਚੋਂ ਜਿਹੜਾ ਨਸਿਆ ਕਰ ਕਹਿਣਗੇ ਦਿਆਲ ਸਿੰਘ ਸ਼ੇਰ ਦੇ ਹੱਥੋਂ ਅਮੀਰ ਜਾਨ ਖਾਨ ਮਾਰਿਆ ਗਿਆ ਐਡਾ ਵੱਡਾ ਜਰਨੈਲ ਜਦੋਂ ਹਾਥੀ ਤੋਂ ਡਿੱਗਿਆ ਇਹਦੇ ਆ ਰਖਵਾਲਿਆਂ ਸਪਾਈਆਂ ਨੇ ਇਹਨੂੰ ਪਾਲਕੀ ਵਿੱਚ ਰੱਖਿਆ ਤੇ ਪਿੱਛੇ ਲੈ ਗਏ ਹਰ ਜਵਾਨ ਆਪਣੇ ਨਾਲੋਂ ਵੱਡੇ ਨਾਲ ਲੋਹਾ ਲੈਣਾ ਚਾਹੁੰਦਾ ਸੀ ਹਰ ਜਵਾਨ ਦੇਸ਼ ਉੱਤੋਂ ਆਪਾ ਵਾਰ ਕੇ ਨਾਮਨਾ ਖੱਟਣਾ ਚਾਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਵੇਖ ਰਹੇ ਸਨ ਇਹ ਜੰਗ ਦਾ ਨਜ਼ਾਰਾ ਬਾਬਾ ਨੌਧ ਸਿੰਘ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਤਾਏ ਦੇ ਪੁੱਤਰ ਭਰਾ ਸਨ ਕਈ ਇਤਿਹਾਸ ਕਹਿੰਦੇ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਮਾਸੀ ਦੇ ਪੁੱਤਰ ਭਰਾ ਸਨ ਬਾਬਾ ਦੀਪ ਸਿੰਘ ਸਾਹਿਬ ਦਾ ਜੱਥਾ ਜਦੋਂ ਮਾਲਵੇ ਤੋਂ ਤੁਰਨ ਲੱਗਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤੁਰਨ ਲੱਗਾ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਬਾਬਾ ਨੌਧ ਸਿੰਘ ਜੀ ਤੁਸੀਂ ਇੱਥੇ ਮਹਾਰਾਜ ਦੇ ਘਰ ਦੀ ਸੇਵਾ ਕਰਨ ਵਾਸਤੇ ਟਿਕ ਜਾਓ ਤੁਸੀਂ ਇੱਥੇ ਜਥੇਦਾਰੀ ਸੰਭੋ ਮੈਂ ਚੱਲਿਆ ਹਾਂ ਸ਼ਹੀਦੀ ਜਥਾ ਲੈ ਕੇ ਬਾਬਾ ਨੌਧ ਸਿੰਘ ਸਾਹਿਬ ਨੇ ਆਖਿਆ ਉਹ ਬਾਬਾ ਦੀਪ ਸਿੰਘਾ ਠੀਕ ਐ ਤੈਨੂੰ ਵਕਤ ਨੇ ਵੱਡਾ ਜਥੇਦਾਰ ਬਣਾਇਆ ਐ ਪਰ ਮੈਨੂੰ ਸ਼ਹੀਦੀ ਬਾਟਾ ਛਕਣ ਤੋਂ ਵਾਂਝਿਆ ਰੱਖਣਾ ਚਾਹਣਾ ਓਏ ਬਾਬਾ ਦੀਪ ਸਿੰਘਾ ਮੈਂ ਉਮਰ ਵਿੱਚ ਵੀ ਤੇਰੇ ਨਾਲੋਂ ਵੱਡਾ ਔਰ ਸ਼ਹੀਦੀ ਦਾ ਬਾਟਾ ਵੀ ਤੇਰੇ ਨਾਲੋਂ ਪਹਿਲਾਂ ਛਕਾਂਗਾ ਸੱਦਾ ਸਿੰਘ ਸਾਹਿਬ ਨੂੰ ਬਾਬਾ ਨੌਧ ਸਿੰਘ ਦੇ ਭਤੀਏ ਨੂੰ ਦਮਦਮਾ ਸਾਹਿਬ ਦੀ ਸੇਵਾ ਸੌਂਪ ਕੇ ਇਹ ਸਾਰਾ ਦਲ ਧਰਮ ਦੀ ਜੰਗ ਲੜਨ ਵਾਸਤੇ ਚੱਬੇ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਸ਼ਹੀਦੀ ਬਾਟੇ ਦੇ ਹਵਾਲੇ ਕਰਨ ਵਾਸਤੇ ਸ਼ਹੀਦੀ ਜਮ ਪੀਣ ਵਾਸਤੇ ਹਰ ਸੂਰਮਾ ਕਾਲਾ ਪੈ ਰਿਆ ਸੀ ਇੱਕ ਨੂੰ ਦੂਸਰਾ ਸੂਰਮਾ ਵੱਧ-ਵੱਧ ਕੇ ਮਾਰਨਾ ਚਾਹੁੰਦੇ ਸਨ ਇੱਕ ਤੋਂ ਦੂਸਰਾ ਵੱਧ ਕੇ ਪਹਿਲਾਂ ਸ਼ਹੀਦੀ ਪਾਉਣੀ ਚਾਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਬੜੇ ਸੂਰਮੇ ਆ ਰਹੇ ਸਨ ਮੈਂ ਪਹਿਲਾਂ ਜਾ ਕੇ ਉਹ ਵੈਰੀ ਦਾ ਹੱਲਾ ਰੋਕਣਾ ਚਾਹੁੰਦਾ ਹਾਂ ਪਰ ਜਦ ਅਮੀਰ ਜਾਨਖਾਨ ਮਾਰਿਆ ਗਿਆ ਉਸ ਤੋਂ ਪਿੱਛੋਂ ਬੜੇ ਸੂਰਮੇ ਰਣ ਮੈਦਾਨ ਵਿੱਚ ਆ ਰਹੇ ਨੇ ਇਹ ਆਉਣਗੇ ਆਪੋ ਆਪਣੇ ਨੂੰ ਆਪਣੇ ਆਪ ਨੂੰ ਧਰਮ ਦੇ ਪੇਸ਼ ਕਰਨ ਲਈ ਦੀਨ ਦੇ ਪੇਸ਼ ਕਰਨ ਲਈ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਬਾਬਾ ਨੌਥ ਸਿੰਘ ਸਾਹਿਬ ਜੀ ਖੜੇ ਨੇ ਧਰਮ ਯੋਧ ਦਾ ਸਾਰਾ ਹਾਲ ਵੇਖ ਰਹੇ ਨੇ ਇਧਰ ਜਬਰਦਸਤ ਖਾਂ ਵਰਗੇ ਸੂਰਮੇ ਆਪਣੇ ਆਪ ਨੂੰ ਦੀਨ ਉਤੋਂ ਵਾਰਨ ਲਈ ਸੰਜੋਹਾ ਵਿੱਚ ਮੜੇ ਹੋਏ ਸਰੀਰ ਲੈ ਕੇ ਹਾਥੀਆਂ ਨੂੰ ਤਿਆਰ ਕਰਕੇ ਲਹੂ ਡੋਲਵੀਂ ਲੜਾਈ ਵੇਖਣ ਲਈ ਕਾਲੇ ਪੈਰੇ ਸਨ ਇਸ ਤੋਂ ਅੱਗੇ ਕੀ ਹੋਇਆ ਐਸੇ ਕਹਿ ਸਕਦੇ ਦੂਸਰੇ ਪਾਸੇ ਤੋਂ ਸੁਣੋ ਜਰਾ ਰੀਲ ਬਦਲੋ ਅਸੀਂ ਤਿਆਰੀ ਕਰ ਲਈਏ ਇਸ ਕਮਸਾਨ ਦੀ ਜੰਗ ਵਿੱਚ ਸਾਰੇ ਸੂਰਮੇ ਆਪੋ ਆਪਣੀ ਥਾਂ ਹੀ ਆਪਣੇ ਆਪ ਨੂੰ ਬਹਾਦਰ ਅਖਵਾ ਰਹੇ ਸਨ ਜਬਰਦਸਤ ਖਾਂ ਆਪਣਾ ਹਾਥੀ ਛੇੜ ਕੇ ਬਾਬੇ ਦੀਪ ਸਿੰਘ ਵੱਲੇ ਵਧਿਆ ਆ ਰਿਹਾ ਇਹਨੂੰ ਬਲਵੰਤ ਸਿੰਘ ਨਿਹੰਗ ਸਿੰਘ ਨੇ ਵੇਖਿਆ ਆਵਾਜ਼ ਮਾਰੀ ਓਏ ਜ਼ਬਰਦਸਤ ਖਾਂ ਤੂੰ ਜ਼ਬਰਦਸਤ ਖਾਂ ਤੇ ਮੈਂ ਬਲਵੰਤ ਸਿੰਘ ਤੇਰਾ ਮੈਨੂੰ ਨਾਂ ਉਹ ਬੜਾ ਪਿਆਰਾ ਲੱਗਦਾ ਹੈ ਹਾਂ ਨੂੰ ਹਾਂ ਪਿਆਰਾ ਤੇ ਨਾਂ ਨੂੰ ਨਾਂ ਪਿਆਰਾ ਤੇਰੀ ਮਾਂ ਨੇ ਤੇਰਾ ਨਾਂ ਜ਼ਬਰਦਸਤ ਖਾਂ ਰੱਖਿਆ ਤੇ ਮੇਰੇ ਪਿਓ ਨੇ ਖੰਡੇ ਵਾਲੇ ਬਾਪੂ ਨੇ ਮੇਰਾ ਨਾਮ ਬਲਵੰਤ ਸਿੰਘ ਰੱਖਿਆ ਓਏ ਬਾਬੇ ਨੂੰ ਫੇਰ ਮਿਲੀ ਪਹਿਲਾਂ ਮੈਨੂੰ ਹੱਥ ਮਿਲਾ ਕੇ ਜਾ ਜਿਵੇਂ ਜ਼ਬਰਦਸਤ ਖਾਂ ਨੂੰ ਬਲਵੰਤ ਸਿੰਘ ਵੰਗਾਰ ਦਾ ਟੈਕਸਲਾ ਟੀਵੀ ਰਾਹੀਂ ਰਿਕਾਰਡ ਕੀਤਾ ਜਾ ਰਿਹਾ ਬਾਬਾ ਦੀਪ ਸਿੰਘ ਦਾ ਸ਼ਹੀਦੀ ਇਤਿਹਾਸ ਪਿਆਰ ਸਤਕਾਰ ਨਾਲ ਸੁਣੋ ਇਉਂ ਬੇਨਤੀ ਕੀਤੀ ਜਾ ਰਹੀ اے ਪੁੱਤਰ ਹੈ ਸ਼ੇਰ ਕਾ ਬਾਰਾ ਜਨਤਾ ਸੂਰ ਕੂਕਰ ਸ਼ੁਕਰ ਡਰਤਾ ਹੈ ਰਹੇ ਸ਼ੇਰ ਸੇ ਦੂਰ ਓ ਜੀ ਤੂੰ ਜਬਰਦਸਤ ਖਾਏ ਮੈਨੂੰ ਬਲਵੰਤ ਸਿੰਘ ਕਹਿੰਦੇ ਓ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਓ ਅਜ ਨੱਥ ਪਾੜਾਂਗਾ ਲਗਰ ਚਰਦਾਰਾ ਏ ਸਾਨਾ ਕਰ ਪਹਿਲੋ ਔਰ ਤੂੰ ਹੀ ਮਨ ਵਿੱਚ ਮਾਨ ਰਹਿ ਰੱਖਾਣਾ ਓ ਤੂੰ ਜਬਰਦਸਤ ਖਾਏ ਮੈਨੂੰ ਬਲਵੰਤ ਸਿੰਘ ਕਹਿੰਦੇ ਓ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਅੱਜ ਨੱਥ ਪਾ ਦਿਆਂਗਾ ਲਗਰਾ ਚਰਦਾਰਾ ਏ ਸੰਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਾਹੇ ਨਾ ਖਾਨਾ ਤੂੰ ਆਸ਼ਿਕ ਹੂਰਾ ਦਾ ਤੈਨੂੰ ਹੂਰਾ ਕੋਲ ਪਹਚਾਵਾਂ ਕੋਈ ਫਰਕ ਨਹੀਂ ਨਾਵਾ ਚ ਮਿਲ ਗਿਆ ਹਾਨ ਹਾਨ ਨੂੰ ਸਾਵਾ ਓ ਹਾਨ ਮਚਾ ਲਈ ਏ ਮਾਰੇ ਹਾਨ ਹਾਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹਿ ਨਾ ਖਾਨਾ ਓ ਕਿਸਮਤ ਦੇ ਚੱਕਰ ਨੇ ਤੈਨੂੰ ਮੇਰੇ ਕੋਲ ਪਹਚਾਇਆ ਅਨਜਲ ਹੀ ਬੰਦੇ ਨੂੰ ਇੱਕ ਤੋਂ ਦੂਜੀ ਜਗਾ ਲਿਆਇਆ ਓ ਰਾ ਤੇਰੇ ਉਡੀਕੀ ਦੇ ਮਾਰੇ ਚੰਨ ਪਿਓਰਾ ਪਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹਿ ਨਾ ਖਾਨਾ ਪੜ ਵਿੱਚ ਕੁੱਦ ਪਈਏ ਐਵੇਂ ਦੁਨੀਆ ਨਾ ਮਰਵਾਈਏ ਗੱਲ ਆਪ ਮੁਕਾ ਲਈਏ ਸਿੱਧੇ ਅਸਲੀ ਗੱਲ ਤੇ ਆਈਏ ਉਹ ਦੇ ਮਰਨਾ ਧਰਮ ਲਈ ਮਰਨੋ ਕਰਨਾ ਕਿਉਂ ਬਹਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਰ ਰਹਿ ਰਖਾਣਾ ਉਹ ਪਰਵਾਜੇ ਅੱਲਾ ਦੇ ਤਗਮਾ ਦਮਕਰ ਆਈ ਤੇਰਾ ਸਿਰ ਤੇਰਾ ਲਾਉਣ ਲਈ ਚੱਕਰ ਚਮਕਰ ਆਏ ਮੇਰਾ ਅੱਖਣ ਛੱਡ ਕੇ ਜੀਵਨ ਦੀ ਆ ਜਾ ਗਈਏ ਮੌਤ ਤਰੰਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖੰਨਾ ਬਾਬੇ ਨੂੰ ਫੇਰ ਮਿਲੀ ਪਹਿਲਾ ਹੱਥ ਮੜਾ ਜਾ ਮੈਨੂੰ ਉਹ ਪਹਿਲਾ ਹੱਥ ਮੜਾ ਜਾ ਮੈਨੂੰ ਅਰਸ਼ਾਂ ਵਾਲ ਵੇਖ ਜਰਾ ਹੂਰਾ ਵੇਟ ਕਰਦੀਆਂ ਤੈਨੂੰ ਉਹ ਦੁਨੀਆਂ ਦੇ ਵੇਖਦੇ ਆ ਦੁਨੀਆਂ ਦੇ ਵੇਖਦੇ ਆ ਉਹ ਮੋਟਾ ਲਾ ਰਿਆ ਨਾ ਫਲਮਾਨਾ ਕਰਪਈ ਲਾਵਾਰ ਤੂੰ ਹੀ ਮਨ ਵਿੱਚ ਮਾਣ ਰਹੇ ਨਾ ਖਾਨਾ ਓਏ ਤੂੰ ਹੀ ਉਮਤ ਅੱਲਾ ਦੀ ਮੈਂ ਹਾਂ ਕਲਗੀ ਧਰਦਾ ਜਾਇਆ ਆ ਰੀਜਾ ਲਾ ਲਈਏ ਮੌਕਾ ਹੱਥ ਸੁਬਬੀ ਆਇਆ ਓਏ ਸ਼ਮਾ ਤੋਂ ਡਰਦਾ ਨਹੀਂ ਹੁੰਦਾ ਜੋ ਅਸਲੀ ਪਰਵਾਨਾ ਕਰ ਪਈ ਲਾਵਾਰ ਤੁਸੀਂ ਮਾਰੇ ਵਿੱਚ ਮਾਨ ਰਹਿ ਰੱਖਣਾ ਆ ਰਣ ਵਿੱਚ ਕੁੱਦ ਪਈਏ ਐ ਰਣ ਵਿੱਚ ਕੁੱਦ ਪਈਏ ਓਏ ਦੁਨੀਆ ਕੋਲ ਦੁਆ ਦਾ ਵੇਖੇ ਗੱਲ ਮੰਨ ਲੈ ਜੋਗੀ ਦੀ ਲਾਈਏ ਜਿਸਮ ਵਤਨ ਦੇ ਲੇਖੇ ਫੁੱਜੀ ਜਰਨ ਵਾਲੇ ਤੂੰ ਤੁਰਿਓ ਮੰਨ ਦਿੱਤਾ ਗਾਨਾ ਕਰ ਪਹਿਲਾ ਵਾਰ ਤੁਸੀਂ ਮਨ ਵਿੱਚ ਮਾਣ ਰਹਿਣਾ ਖਾਨ ਜਿਸ ਬੰਦੇ ਵਿੱਚ ਖੂਨ ਹੋਵੇ ਜਿਸ ਬੰਦੇ ਵਿੱਚ ਜੁਰਤ ਹੋਵੇ ਜਿਸ ਬੰਦੇ ਵਿੱਚ ਤਾਕਤ ਹੋਵੇ ਉਹਨੂੰ ਕੋਈ ਵੰਗਾਰੇ ਤੇ ਜੇ ਫਿਰ ਉਹ ਵੰਗਾਰ ਦਾ ਜਵਾਬ ਨਾ ਦੇਵੇ ਤੇ ਉਹ ਫਿਰ ਜਵਾਨ ਕੀ ਹੋਇਆ ਜ਼ਬਰਦਸਤ ਖਾਨ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਇਹਦੀ ਗੱਡੇ ਦੀ ਨਾਭ ਵਰਗੀ ਧੌਣ ਇਨੂੰ ਤੁਰਦਿਆਂ ਆਪਣੇ ਪੈਰ ਨਹੀਂ ਸੀ ਦਿੱਦੇ ਕੋਲੂ ਦੀ ਲਾਠ ਵਰਗੀਆਂ ਲੱਤਾਂ ਦੇਖ ਜਿੱਡਾ ਇਹਦਾ ਸਿਰ ਖਨੋਟ ਖਨੋਟ ਜਿੱਡੀਆਂ ਅੱਖਾਂ ਮਾਨ ਵਿੱਚ ਆ ਗਿਆ ਕਹਿੰਦਾ ਓਏ ਬਲਵੰਤ ਸਿਆ ਇਉਂ ਜਾਪਦਾ ਕਿ ਤੈਨੂੰ ਮੌਤ ਘੇਰ ਕੇ ਮੇਰੀ ਤਲਵਾਰ ਦੇ ਥੱਲੇ ਲਿਆਈ ਹੈ ਤੈਨੂੰ ਮੌਤ ਘੇਰ ਕੇ ਮੇਰੇ ਤੀਰ ਦਾ ਨਿਸ਼ਾਨਾ ਬਣਨ ਲਈ ਲਿਆਈ ਹੈ ਓ ਮੈਂ ਨਵੇਂ ਤੀਰਾਂ ਦਾ ਪੱਥਾ ਬਣਵਾ ਕੇ ਲਿਆਂਦਾ ਮੈਂ ਨਵੇਂ ਚੱਕਰ ਲਿਆਂਦੇ ਨੇ ਇਉਂ ਜਾਪਦਾ ਤੇਰੇ ਖੂਨ ਨਾਲ ਮੇਰੇ ਤੀਰਾਂ ਦੀ ਚੱਠ ਹੋਵੇਗੀ ਜਬਰਦਸਤ ਖਾਂ ਮਾਨ ਵਿੱਚ ਆਉਂਦਾ ਔਰ ਉਹ ਬਲਵੰਤ ਸਿੰਘ ਸਾਹਿਬ ਤੇ ਵਾਰ ਕਰਨਾ ਚਾਹੁੰਦਾ ਸਰਦਾਰ ਬਲਵੰਤ ਸਿੰਘ ਨਿਹੰਗ ਸਿੰਘ ਨੂੰ ਜਬਰਦਸਤ ਸੰਗਾਮ ਗਾਰ ਕੇ ਜਿਵੇਂ ਮਾਰਨਾ ਚਾਹੁੰਦਾ ਉਸ ਵੇਲੇ ਦਾ ਸੀਨ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ ਵੈਰ ਲੈਣ ਦੀ ਵੀਰ ਦਾ ਰੁਸਤਮ ਖਾਨ ਦਲੇਰਾ ਜੋ ਦਾ ਕੱਚਾ ਦਰਨਨਾ ਜੋ ਪੇਡਾਂ ਨੂੰ ਸ਼ੇਰ ਜਦ ਜਬਰਦਸਤ ਖਾਨੇ ਗੁੱਸੇ ਵਿੱਚ ਆ ਤੀਰ ਚਲਾਇਆ ਜੋ ਦੇਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਓ ਵਟ ਪੈ ਗਏ ਮੱਥੇ ਤੇ ਜੋਰ ਵਾਂਗ ਛੇਰ ਮੇ ਬੜਕੇ ਓਏ ਪੁੱਤ ਬਠਾਣ ਦਿਆ ਹੋਣੀ ਸਿਰ ਤੇਰੇ ਤੇ ਕੜਕੇ ਜਦ ਜਬਰਦਸਤ ਖਾਨੇ ਗੁੱਸੇ ਵਿੱਚ ਆ ਤੀਰ ਚਲਾਇਆ ਜੋਦੇ ਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਉਹ ਵੱਡ ਪੈ ਗਏ ਮੱਥੇ ਤੇ ਜੋ ਰਵਾਨੇ ਸ਼ੇਰ ਦੇ ਬੜਕੇ ਓਏ ਪੁੱਤ ਬਠਾਣ ਦਿਆ ਹੋਣੀ ਸਿਰ ਤੇਰੇ ਤੇ ਕੜ ਕੇ ਟੱਟ ਬਦਲ ਪੈਦੜੇ ਨੂੰ ਦੂਜਾ ਵਾਰ ਖਾਨ ਨੇ ਕੀਤਾ ਜੋਦੇ ਦੀ ਛੋਵੀਣੀ ਜੋਦੇ ਦੀ ਥੋੜਾ ਖੂਨ ਤੀਰ ਨੇ ਪੀਤਾ ਓ ਸਤ ਸ੍ਰੀ ਅਕਾਲ ਕਹੇ ਸੂਰਾ ਸ਼ੇਰਵਾਨ ਪੁੱਬ ਮਾਰੇ ਕਰ ਹਿਲਾ ਜਾਣ ਲਈ ਖਾਨ ਯਾਰ ਵਿਛੜ ਗਏ ਸਾਰੇ ਓ ਚੱਕਰ ਨੂੰ ਚਾੜ ਲਿਆ ਉਂਗਲੇ ਪਲ ਤੋਂ ਪਲ ਕੁਮਾਇਆ ਪਏ ਭੁੱਖਾ ਬਾਜ ਜਿਉਂ ਅਰਸ਼ੋਂ ਝਟ ਕੁੰਜਾਂ ਵਾਲ ਆਇਆ ਉਹ ਫਿਰ ਜਵਰਦਸਤ ਖਾਨ ਤੋਂ ਰੁਕਿਆ ਚੱਕਰ ਨਾ ਸੇ ਲਾਇਆ ਤਕਵੀਰ ਤੜਫਲੇ ਨੂੰ ਗੁੱਸਾ ਰੁਸਤਮ ਖਾਨ ਨੂੰ ਆ ਗਿਆ ਕਹੇ ਖਾਨ ਖਾਲਸਾ ਜੀ ਕਰ ਲੋ ਤੁਰ ਦਰਗਾਹ ਦੇ ਤਿਆਰੇ ਮੈਂ ਸਿੰਘ ਜ਼ਬਰਦਸਤ ਖਾਨ ਨੇ ਫੇਰ ਵਾਰ ਕੀਤਾ ਤੇ ਬਲਵੰਤ ਸਿੰਘ ਫੇਰ ਬਚ ਗਿਆ ਕਹਿੰਦਾ ਓਏ ਖਾਨਾ ਵਾਰ ਤੀਸਰਾ ਵੀ ਕਰ ਲੈ ਖਾਲਸਾ ਪਹਿਲਾ ਵਾਰ ਕਰਦਾ ਨਹੀਂ ਤੇ ਹাদার ਕਿਸੇ ਦਾ ਰੱਖਦਾ ਨਹੀਂ ਜਦੋਂ ਤੀਸਰਾ ਵਾਰ ਜ਼ਬਰਦਸਤ ਖਾਨ ਨੇ ਕੀਤਾ ਇਹਦੇ ਤੋਂ ਵੀ ਬਲਵੰਤ ਸਿੰਘ ਬਚ ਗਿਆ ਫਿਰ ਬਲਵੰਤ ਸਿੰਘ ਨੇ ਆਖਿਆ ਓਏ ਜ਼ਬਰਦਸਤ ਖਾਨ ਤੈਨੂੰ ਵਾਰ ਕਰਨ ਦੀ ਤੇਰੇ ਉਸਤਾਦ ਨੇ ਜਾਜ ਪੂਰੀ ਨਹੀਂ ਸਿਖਾਈ ਸਤ ਸ੍ਰੀ ਅਕਾਲ ਕਹਿ ਕੇ ਚੱਕਰ ਚਾੜਿਆ ਉਂਗਲ ਤੇ ਘੁਮਾਇਆ ਤੇ ਜਿੰਕਾਰਾ ਛੱਡ ਕੇ ਚੱਕਰ ਚਲਾ ਦਿੱਤਾ ਜਬਰਦਸਤ ਖਾਂ ਦਾ ਸਿਰ ਹਾਥੀ ਦੀ ਹਮਾਰੀ ਵਿੱਚੋਂ ਥੱਲੇ ਡਿੱਗਾ ਜਿਵੇਂ কুমਹਾਰ ਚੱਕ ਤੋਂ ਭਾਂਡਾ ਲਾ ਕੇ ਪਾਸੇ ਰੱਖ ਦਿੰਦਾ ਜਬਰਦਸਤ ਖਾਂ ਦਾ ਭਰਾ ਰੁਸਤਮਦੀਨ ਬੜਾ ਦਲੇਰ ਸੀ ਬੜਾ ਜਵਾਨ ਸੀ ਬੜਾ ਫੁਰਤੀਲਾ ਸੀ ਕਹਿੰਦਾ ਓਏ ਨਿਹੰਗ ਸਿਆ ਓਏ ਬਲਵੰਤ ਸਿਆ ਇਸ ਤਰ੍ਹਾਂ ਲੜਨ ਵਿੱਚ ਕੋਈ ਆਨੰਦ ਨਹੀਂ ਓਏ ਦੂਰੋਂ ਚੱਕਰਾਂ ਨਾਲ ਸੂਰਮਿਆਂ ਨੂੰ ਮਾਰੀ ਜਾਣਾ ਇਹ ਕੋਈ ਬਹਾਦਰੀ ਹੈ ਜੇ ਕੋਈ ਦਲੇਰੀ ਹੈ ਜੇ ਕੋਈ ਤਾਕਤ ਹੈ ਬਾਹਾਂ ਵਿੱਚ ਆ ਜਰਾ ਘੋੜਿਆਂ ਥੱਲੇ ਵੇਖ ਖਾਨ ਨਾਲ ਹੱਥ ਕਰਕੇ ਜ਼ਬਰਦਸਤ ਖਾਨ ਦੇ ਭਰਾ ਦੀ ਗੱਲ ਸੁਣ ਕੇ ਬਲਵੰਤ ਸਿੰਘ ਕਹਿੰਦਾ ਓਏ ਰੁਸਤਮ ਖਾਨਾ ਮੇਰਾ ਚਿੱਤ ਚਾਹੁੰਦਾ ਸੀ ਕਿ ਤੇਰੇ ਭਰਾ ਦੇ ਨਾਲ ਤੈਨੂੰ ਤੋੜ ਦਿੰਦਾ ਵਿੱਥ ਨਾ ਪੈਂਦੀ ਅਰ ਜੇ ਤੇਰਾ ਤਲਵਾਰ ਨਾਲ ਲੜਨ ਦਾ ਇਰਾਦਾ ਤੇ ਖਾਲਸਾ ਪਿਆਰ ਹੈ ਛਾਲ ਮਾਰ ਕੇ ਬਲਵੰਤ ਸਿੰਘ ਘੋੜੇ ਤੋਂ ਉਤਰਿਆ ਰੁਸਤਮ ਘੋੜੇ ਤੋਂ ਉਤਰਿਆ ਲਹੂ ਡੋਲਵੀ ਲੜਾਈ ਹੋਈ ਆਖਰ ਲੜਦਿਆਂ ਲੜਦਿਆਂ ਦੋਵੇਂ ਸੂਰਮੇ ਸਦਾ ਦੀ نیند ਸੌਂ ਗਏ ਤੜਫ ਰਹੇ ਸਨ ਵੈਰੀ ਸਿੰਘ ਸੂਰਮੇ ਵੱਧ ਵੱਧ ਕੇ ਤੇਗਾਂ ਮਾਰੇ ਸਨ ਇੱਕ ਤੋਂ ਦੂਜਾ ਜ਼ਿਆਦਾ ਹਿੱਸਾ ਲੈਣ ਦੀ ਰਣ ਮੈਦਾਨ ਵੱਲੇ ਵਧ ਰਿਆ ਸੀ ਜਕੂਬ ਖਾਂ ਜਰਨੈਲ ਨੂੰ ਬੜਾ ਗੁੱਸਾ ਆਇਆ ਕਹਿੰਦਾ ਗੱਲ ਮੁਕਾਉਣੀ ਚਾਹੀਦੀ ਏ ਬੜੀ ਲਹੂ ਡੋਲਵੀਂ ਲੜਾਈ ਵਿੱਚੋਂ ਦੀ ਲੰਘਦਾ ਹੋਇਆ ਜਕੂਬ ਖਾਂ ਇਹਨੇ ਬਾਬੇ ਦੀਪ ਸਿੰਘ ਸਾਹਿਬ ਨੂੰ ਵੰਗਾਰਿਆ ਕਹਿੰਦਾ ਓਏ ਬਾਬਾ ਦੀਪ ਸਿੰਘ ਮੈਂ ਤੇਰੇ ਨਾਲ ਲੋਹਾ ਲੈਣਾ ਚਾਹੁੰਦਾ ਹਾਂ ਗੁੱਸੇ ਵਿੱਚ ਆ ਕਿਹਾ ਜਕੂਬ ਖਾਂ ਨੇ ਓ ਤੇਰੇ ਸਿੰਘਾਂ ਨਿਸ਼ਾਨ ਮਿਟਾ ਦੇਾਂਗਾ ਲੜਕੇ ਸਿੰਘ ਨੇ ਜਿਨ੍ਹਾਂ ਨੂੰ ਫੁੱਲ ਖਾਣੇ ਲੜਕੇ ਸਿੰਘਾਂ ਨੇ ਜਿਨ੍ਹਾਂ ਦੇ ਫਲ ਖਾਣੇ ਓਏ ਬੂਟੇ ਬਾਗ ਦੇ ਜੜੋ ਪਟਾ ਦੇਾਂਗਾ ਤੈਨੂੰ ਜੰਗ ਦੀਆਂ ਚੜੀਆਂ ਲਾਲੀਆਂ ਨੇ ਵਿੱਚ ਪਲਾਂ ਦੇ ਰੰਗ ਬਟਾ ਦੇਾਂਗਾ ਓ ਮਿੰਟਾਂ ਵਿੱਚ ਜੋਗੀ ਤੈਨੂੰ ਜਿੱਤਣਾ ਮੈਂ ਨਹੀਂ ਤਾਂ ਆਪਣਾ ਜਿਸਮ ਲੁਟਾ ਦੇਾਂਗਾ ਬੜਾ ਗੁੱਸਾ ਆਇਆ ਜਕੂਬ ਖਾਂ ਨੂੰ ਬਾਬਾ ਜੀ ਆਏ ਰੋਹ ਵਿੱਚ ਕਹਿੰਦੇ ਓਏ ਜਕੂਬ ਖਾਂ ਤਿਆਰ ਹੋ ਜਾ ਤੈਨੂੰ ਮੌਤ ਉਡੀਕਦੀ ਐ ਖੰਡਾ ਚਮਕਿਆ ਬਿਜਲੀ ਦੇ ਵਾਂਗ ਸਿੰਘ ਦਾ ਗੇਲੀ ਵਾਂਗ ਪਠਾਨ ਨੂੰ ਚੀਰ ਗਿਆ ਹੂਰਾਂ ਲੈਣ ਨੂੰ ਅੱਲਾ ਦੇ ਬਹਿਸ਼ਤ ਵਿੱਚੋਂ ਬਿਨਾ ਟਿਕਟ ਤੋਂ ਘੱਟ ਵਹਿਰ ਗਿਆ ਜਿਹੜਾ ਨਸ਼ਾ ਅੰਗੂਰਾਂ ਦਾ ਚਾਹੁੰਦਾ ਸੀ ਤੜਫ ਤੜਫ ਕੇ ਮੰਗਦਾ ਨੀਰ ਗਿਆ ਮਰ ਕੇ ਜਾਂਦੇ ਨੇ ਮਾੜੇ ਦੇ ਕਰਮ ਜਿੱਥੇ ਉਹਨਾਂ ਰਸਤਿਆਂ ਰਾਹੀਂ ਅਮੀਰ ਗਿਆ ਹਾਰੀ ਹੌਸਲਾ ਫौज ਬਦਾਲੀਆਂ ਦੀ ਨਸਨ ਵਾਸਤੇ ਫौज ਤਿਆਰ ਹੋ ਗਈ ਉਹ ਜੋਗੀ ਬਿਨ ਜਰਨੈਲ ਦੇ ਫौज ਖਾਲੀ ਬਿਨਾ ਆਗੂ ਤੋਂ ਕੌਮ ਬੇਕਾਰ ਹੋ ਗਈ ਲੜਦੇ ਲੜਦੇ ਸੂਰਮੇ ਆਪਣੇ ਆਪ ਨੂੰ ਭੁੱਲਦੇ ਜਾ ਰਹੇ ਸਨ ਕਹਿੰਦੇ ਨੇ ਜਮਾਲ ਖਾਨ ਜਰਨੈਲ ਗੁੱਸੇ ਵਿੱਚ ਆ ਗਿਆ ਕਹਿੰਦਾ ਓਏ ਬਾਬਾ ਦੀਪ ਸਿੰਘਾ ਤੂੰ ਬੜੇ ਸੂਰਮੇ ਮੇਰੇ ਵੇਂਦਿਆਂ ਮਾਰੇ ਨੇ ਪਰ ਮੈਂ ਤੈਨੂੰ ਜਹਾਨ ਤੋਂ ਤੋੜ ਦੇਣਾ ਚਾਹੁੰਦਾ ਹਾਂ ਵਧਿਆ ਹੋਇਆ ਖਾਨ ਬਾਬਾ ਦੀਪ ਸਿੰਘ ਵੱਲੇ ਤੁਰਿਆ ਆਉਂਦਾ ਹੈ ਏ ਵੇਖੇ ਖੂਨੀ ਕਾਰੇ ਜਦੋਂ ਜਮਾਲ ਖਾਂ ਉਹ ਤੋਂ ਵੇਖ ਨਾ ਗਏ ਸਹਾਰੇ ਸਾਥੀ ਤੜਫਦੇ ਉਹ ਆ ਕੇ ਖੜਾ ਵੰਗਾਰੇ ਬਾਬਾ ਸਾਹਿਬ ਨੂੰ ਕਹਿੰਦਾ ਓ ਸਿੰਘਾ ਕਰ ਲੈ ਤਿਆਰੇ ਤੁਰ ਦਰਗਾਹ ਦੇ ਤੂੰ ਲੱਖਾਂ ਕਹਿਰ ਗੁਜਾਰੇ ਮੇਰੇ ਵੇਦਿਆਂ ਮੈਂ ਤੁਰ ਦਰਗਾਹ ਪਹਚਾਵਾਂ ਤੈਨੂੰ ਮਾਰ ਕੇ ਜਵਾਨ ਜਹਾਂ ਜਮਾਲ ਖਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਆਣ ਕੇ ਜਿਵੇਂ ਵੰਗਾਰਦਾ ਉਸ ਵੇਲੇ ਬਾਬਾ ਦੀਪ ਸਿੰਘ ਔਰ ਜਮਾਲ ਖਾਂ ਆਮੋ ਸਾਹਮਣੇ ਆ ਰਹੇ ਨੇ ਸੀਲ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਸੁਣੀਏ ਤੱਕ ਕੇ ਖਾਨ ਜਮਾਲ ਖਾਓ ਮਾਰੀ ਲਲਕਾਰ ਬਾਬਾ ਤੇਥੋਂ ਖਾਨ ਦਾ ਰੋਗ ਨਹੀਂ ਹੋਣਾ ਵਾਰਾ ਜਵਾਨ ਜਹਾਨ ਜਮਾਲ ਖਾਂ ਇਉਂ ਮਾਰੀ ਲਲਕਾਰ ਵੱਲ ਬਹਿਸ਼ਤਾ ਸਿੰਘ ਜੀ ਖੋਜ ਤੁਰਤ ਤਿਆਰ ਓਏ ਇੱਕ ਇੱਕ ਗਾਦੀ ਮਰੇ ਦਾ ਪਾ ਲਾਂਗਾ ਮੈਂ ਮੁੱਲਾ ਸਿੱਖੀ ਖੜੀ ਬਾਹਰ ਤੇ ਜਾਉ ਹਨੇਰੀ ਚੋਲਾ ਐਲੀ ਐਲੀ ਪੁਕਾਰਦਾ ਵਧਿਆ ਬਾਬੇ ਵੱਲ ਕਹਿੰਦਾ ਓ ਕਾ ਸਿੰਘ ਜੀ ਮੁੱਕ ਗਿਆ ਅਨਜਲ ਓਏ ਅੱਖਾਂ ਉਹਦੀਆਂ ਮਗਦੀਆਂ ਜੋ ਵਗਦੇ ਅੰਗਿਆਰਾ ਵਦਿਆੇ ਦੀਵਾਰ ਲਈ ਖਾਨ ਬੜਾ ਹੁਸ਼ਿਆਰਾ ਮੁੜਕੋ ਮੁੜਕੀ ਹੋ ਗਿਆ ਮੁੜਕੋ ਮੁੜਕੀ ਹੋ ਗਿਆ ਖਾਨ ਗੁੱਸੇ ਦੇ ਨਾਲ ਆਖੇ ਬਾਬਾ ਸਾਹਿਬ ਜੀ ਦੁਜੇ ਬੁਲਾਉਂਦਾ ਕਾਲ ਦਿਲ ਵਿੱਚ ਮਾਨ ਨਾ ਰਹਿ ਜਵੇ ਬੁੱਢਿਆ ਤੇਗ ਸੰਭਾਲਾ ਪਲਾ ਚ ਮੇਰੀ ਤੇਰ ਦਾ ਲੱਗੋ ਲੈਣ ਦਿਨਾਲਾ ਸੁਣੀ ਜਾ ਬਾਬੇ ਸਾਹਿਬ ਨੇ ਸੁਣੀ ਜਾ ਬਾਬੇ ਸਾਹਿਬ ਨੇ ਖਾਨ ਬੋਲਦਾ ਕੂੜ ਇਹਦਾ ਜਹੰਨਮ ਜਾਣਦਾ ਬਣਿਆ ਜਾਪੇ ਮੂੜ ਓ ਸੂਨ ਜ ਚੜਿਆ ਜਸਤਰਾ ਓ ਭਗਤ ਦਾ ਸਰਦਾਰਾ ਬਿਜਲੀ ਤੋਂ ਵੱਧ ਚਮਕਦੀ ਯੋਧੇ ਦੀ ਤਲਵਾਰਾ ਗੁੱਡੀ ਚੜਦੀ ਉਹਨਾਂ ਦੀ ਗੁੱਡੀ ਚੜਦੀ ਉਹਨਾਂ ਦੀ ਲੋਕੋ ਗੁੱਡੀ ਚੜਦੀ ਉਹਨਾਂ ਦੀ ਪੱਲੇ ਜਿਨ੍ਹਾਂ ਦੇ ਸੱਚ ਤਰਮ ਜੁੱਤ ਦੀ ਸ਼ਮਾਤੇ ਜਾਣ ਪਤੰਗੇ ਮੱਚ ਉਹ ਡੋਲੇ ਫਰਕੇ ਸ਼ੇਰ ਦੇ ਪਏ ਮੱਥੇ ਤੇ ਵਟ ਖਾਨਾ ਤੈਥੋਂ ਸਿੰਘ ਦਾ ਰੋਗ ਨਹੀਂ ਹੋਣਾ ਕਟ ਅੱਗੇ ਆਹੰਕਾਰ ਆ ਕਹਿੰਦਾ ਅੱਗੇ ਆਹੰਕਾਰ ਆ ਫੋਕੀਆਂ ਫੜਾ ਨਾ ਮਾਰ ਖੰਡਾ ਤੇਰੇ ਜਿਸਮ ਚੋਂ ਨਿਕਲ ਜਾਊਗਾ ਪਾਰ ਤੇਰਾ ਹਜ਼ਰਤ ਅਲੀ ਏ ਮੇਰਾ ਦਸਵਾ ਪੀ ਸਿੰਘ ਸਾਹਿਬ ਔਰ ਜਮਾਲ ਖਾਨ ਜਰਨੈਲ ਧਰਤੀ ਤੇ ਡਿਗਪੈ ਹੋਣੀ ਨੇ ਆਖਿਆ ਬਾਬਾ ਦੀਪ ਸਿੰਘਾ ਅਜੇ ਤੇ ਅੰਮ੍ਰਿਤਸਰ 5 ਮੀਲ ਐ ਇੱਥੇ ਡੇਰਾ ਲਾ ਕੇ ਬਹਿ ਗਿਆਂ ਕੀ ਵਾਅਦਾ ਕੀਤਾ ਈ ਕੀ ਆਖਿਆ ਸੀ ਅੰਮ੍ਰਿਤਸਰ ਪਹੁੰਚ ਕੇ ਸਿਰ ਦਾ ਚੜਾਵਾ ਚੜਾਵਾਂਗਾ ਬਾਬਾ ਮੈਂ ਸੁਣਿਆ ਸੀ ਕਿ ਸਿੰਘ ਝੂਠ ਨਹੀਂ ਬੋਲਦੇ ਮੈਂ ਸੁਣਿਆ ਸੀ ਜਿਹੜੇ ਕਲਗੀ ਵਾਲੇ ਦਾ ਅੰਮ੍ਰਿਤ ਛਕਦੇ ਨੇ ਉਹਨਾਂ ਨੂੰ ਸਿੰਘ ਕਹਿੰਦੇ ਨੇ ਔਰ ਸਿੰਘਾਂ 'ਚ ਸਿਫਤ ਹੈ ਭਈ ਉਹ ਝੂਠ ਨਹੀਂ ਬੋਲਦੇ ਅੰਮ੍ਰਿਤਧਾਰੀ ਹੋ ਕੇ ਨਿਹੰਗ ਸਿੰਘ ਹੋ ਕੇ ਝੂਠ ਬੋਲਿਆਈ ਹੋਣੀ ਗੁੱਸੇ ਵਿੱਚ ਆਈ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੂੰ ਤਾਨੇ ਮਾਰਦੀ ਹੈ ਜਿਵੇਂ ਬੋਲੀਆਂ ਮਾਰਦੀ ਹੈ ਬਾਬਾ ਦੀਪ ਸਿੰਘ ਜੀ ਧਰਤੀ ਤੇ ਪਏ ਹੋਏ ਨੇ ਹੋਣੀ ਬਾਬਾ ਦੀਪ ਸਿੰਘ ਨੂੰ ਜਿਵੇਂ ਤਾਨੇ ਦਿੰਦੀ ਐ ਇਸ ਸ਼ੇਰ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਖੜਖੜ ਹੋਣੀ ਹੱਸ ਕੇ ਹੋ ਮਾਰੀ ਲਲਕਾਰ ਪਰਣ ਤੋੜ ਕਿਉਂ ਬੈ ਗਿਆ ਸਿੰਗਾਰਾ ਵਿੱਚ ਕਾਰ ਖੜਖੜ ਹੱਸ ਕੇ ਹੋਣੀ ਕਹਿਣ ਲੱਗੀ ਖੜਖੜ ਹੱਸ ਕੇ ਹੋਣੀ ਕਹਿਣ ਲੱਗੀ ਹਾਲਾ ਹਰੀ ਮੰਦਰ ਤੇਰਾ ਆਇਆ ਨਹੀਂਓ ਦਮੇ ਦਮ ਘਰੇ ਪ੍ਰਮਾਰਦਾ ਸਦਾ ਮੇ ਦਮੇ ਦਮ ਘਰੇ ਪ੍ਰਮਾਰਦਾ ਸੈਂ ਬਾਬਾ ਸੀਸ ਤੂੰ ਪੇੜ ਚੜਾਇਆ ਨਹੀਂਓ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਬਚਨ ਬੋਲਿਆ ਤੋੜ ਚੜਾਇਆ ਨਹੀਂਓ ਲੱਗਿਆਂ ਜੜੀ ਦੀ ਤਰਨਾ ਲਗਿਆ ਜਿਹੜੀ ਅਰਦਾਸ ਕੀਤੀ ਬਾਬਾ ਸਿੱਖੀ ਦਾ ਜੋਹਰ ਵਿਖਾ ਨਿਉ ਓ ਤੇਰਾ ਵੈਰੀਆਂ ਨੇ ਮੰਦਰ ਮੱਲਾਈ ਤੇਰਾ ਵੈਰੀਆਂ ਨੇ ਮੰਦਰ ਮੱਲਾਈ ਦੇ ਕੇ ਸੀਸ ਆਜ਼ਾਦ ਕਰਵਾਇਆ ਨਹੀਂਓ ਓ ਗੇਰੇ ਪੁਰਾਣੂ ਐਨਾ ਸਦਕਾ ਦਾਸ ਜਿਹੜੇ ਉਨਾਂ ਦੇ ਕੋਲ ਪੰਜਾ ਨਹੀਂਓ ਓ ਇੰਨਾ ਜਿਹੜੇ ਸ਼ਹੀਦਾਂ ਨੂੰ ਸਿਮਰਦਾਸ ਐ ਉਹ ਇੰਨਾ ਜਿਹੜੇ ਸ਼ਹੀਦਾਂ ਨੂੰ ਸਿਮਰਦਾਸ ਐ ਉਹਨੇ ਵੇਖ ਲੈ ਤੈਨੂੰ ਬਚਾਇਆ ਨਹੀਂਓ ਓ ਇੱਥੇ ਵਾਸਤੇ ਹੋਣੀ ਪਰਬਲ ਬਾਬਾ ਐਸੇ ਵਾਸਤੇ ਹੋਣੀ ਪਰਬਲ ਮਾਪਾ ਉਹਦਾ ਕਿਸੇ ਨੇ ਬਚਨ ਕਿਸੇ ਨੇ ਮੁਖ ਪੁਆਇਆ ਨਹੀਂ ਉਹ ਖੱਪਰ ਲਾਉਂਦੇ ਉਹ ਪੀਗੇ ਰਾਜ ਦੀ ਰੀ ਖੱਪਰ ਲਾਉਂਦੇ ਉਹ ਪੀਗੇ ਰਾਜ ਦੀ ਰੀ ਹਾਲਾ ਕਿਸੇ ਉਹਨੂੰ ਡੱਕਾ ਪਾ ਨਹੀਂ ਉਹ ਰਸਤੇ ਵਿੱਚ ਕਿਉਂ ਡਿੱਗਦਾ ਨਿਹੰਗ ਸਿੰਘਾ ਉਹ ਨਿਹੰਗ ਸਿੰਘਾ ਰਸਤੇ ਵਿੱਚ ਕਿਉਂ ਡਿੱਗਦਾ ਨਿਹੰਗ ਸਿੰਘਾ ਚਾਹੀਏ ਸਿੱਖੀ ਦਾ ਰਤਬਾ ਘਟਾਇਆ ਨਹੀਂ ਉਹ ਚੰਕੀ ਚੌਕੀ ਗੁਰਮਖਾਂ ਦਾ ਸੂਰਜ ਛਿਪਣ ਲੱਗਾ ਹਲਾ ਜੋਗੀਆਂ ਦਾ ਡੇਰਾ ਆਇਆ ਨਹੀਂਉ ਕਹਿੰਦੀ ਬਾਬਾ ਦੀਪ ਸਿੰਘਾ ਅੰਮ੍ਰਿਤਸਰ ਅਜੇ 5 ਮੀਲ ਹੈ ਤੇਰੇ ਗੁਰੂ ਦਾ ਮੰਦਰ ਤੇਰੇ ਵੈਰੀਆਂ ਦੇ ਕਬਜ਼ੇ ਵਿੱਚ ਹੈ ਝੂਠ ਬੋਲਿਆਈ ਤੇਰਾ ਪਰਨ ਟੁੱਟ ਗਿਆ ਮੈਂ ਸੱਚੀ ਆ ਬਾਬਾ ਦੀਪ ਸਿੰਘਾ ਤੂੰ ਝੂਠਾ ਹੋ ਗਿਆ ਨਿਹੰਗ ਸਿੰਘ ਕਹਿੰਦੇ ਨੇ ਜੀ ਕਿ ਸਾਂਝਾ ਵਾਰ ਹੋ ਜਾਇਆ ਕਰਦਾ ਇੱਕ ਨਿਹੰਗ ਸਿੰਘ ਬਾਪੂ ਜਿਹਨੂੰ 우ਸਤਾਦ ਵੀ ਕਹਿੰਦੇ ਨੇ ਮਾਸਟਰ ਜੀ ਵੀ ਕਹਿੰਦੇ ਨੇ ਉਹ ਹਜੂਰ ਸਾਹਿਬ ਗਤਕਾ ਸਿਖਾਉਂਦਾ ਜਿਹੜਾ ਵੀ ਸੱਜਣ ਕੋਈ ਨੇਚਾ ਨਾਲ ਪ੍ਰੇਮ ਨਾਲ ਗਤਕਾ ਸਿੱਖਣਾ ਚਾਹੇ ਅਸੀਂ ਹਜੂਰ ਸਾਹਿਬ ਗਏ ਉਨੀ ਦਿਨੀ ਮੇਰੇ ਨਾਲ ਸਰੂਪ ਸਿੰਘ ਸੂਰਵਿੰਡਿਆ ਤੇ ਦਰਸ਼ਨ ਸਿੰਘ ਚੋਲੇ ਵਾਲਾ ਸੀ ਅਸੀਂ ਹਜੂਰ ਸਾਹਿਬ ਦੀ ਯਾਤਰਾ ਲਈ ਗਏ ਉਸ ਨਿਹੰਗ ਸਿੰਘ ਬਾਪੂ ਨੂੰ ਮਿਲੇ ਅਸੀਂ ਆਖਿਆ ਬਾਪੂ ਬਈ ਤੇਰੀ ਇਹ ਲੱਤ ਕਿਵੇਂ ਵੱਢੀ ਗਈ ਕਹਿੰਦਾ ਜੋਗਿਆ ਇਹ ਵੀ ਇੱਕ ਇਤਿਹਾਸ ਹੈ ਤੁਹਾਨੂੰ ਦੱਸਦਾ ਤੁਸੀਂ ਕਵੀਸ਼ਰ ਲੋਕ ਮੇਰੀ ਗੱਲ ਕਿਤੇ ਪਰਿਆਂ ਪੰਚਾਇਤਾਂ ਚ ਕਰੋਗੇ ਕਹਿਣ ਲੱਗਾ ਇਹ ਕੰਗਰੇਜ ਬੱਚਾ ਇੰਗਲੈਂਡ ਤੋਂ ਮੇਰੇ ਨਾਲ ਜਿੱਦ ਕੇ ਗਤਕਾ ਖੇਡਣ ਵਾਸਤੇ ਆਇਆ ਰਾਜਾ ਹైదరాబాద్ ਦੀ ਕਚਹਿਰੀ ਵਿੱਚ ਇਹ ਲਿਖਤ ਹੋ ਗਈ ਇਹ ਉਧਰ ਉਧਰੀ ਦਕਸਤ ਲੈ ਗਏ ਭਈ ਭਾਵੇਂ ਕਿਸੇ ਨੂੰ ਕੋਈ ਮਾਰਦਾ ਉਹਦਾ ਮੁਕਦਮਾ ਨਹੀਂ ਕਿਤੇ ਸੁਣਿਆ ਜਾਊਗਾ ਕਹਿੰਦਾ ਜੋਗਿਆ ਮੈਂ ਵੀ ਲਿਖ ਦਿੱਤਾ ਤੇ ਅੰਗਰੇਜ਼ ਨੇ ਵੀ ਲਿਖ ਦਿੱਤਾ ਕਹਿੰਦਾ ਫਿਰ ਖੇਡਾਂ ਸ਼ੁਰੂ ਹੋਈਆਂ ਹਜ਼ਾਰਾਂ ਲੋਕ ਇਹ ਖੇਡਾਂ ਵੇਖਣ ਲਈ ਆਏ ਕਹਿੰਦਾ ਅੱਧਾ ਘੰਟਾ ਖੇਡ ਹੋਈ ਪਹਿਲੇ ਦਿਨ ਨਾ ਮੇਰਾ ਵਾਰ ਲੱਗਾ ਤੇ ਨਾ ਅੰਗਰੇਜ਼ ਬੱਚੇ ਦਾ ਫੌਜਾਂ ਨੇ ਲੱਗਣ ਦਿੱਤਾ ਕਹਿੰਦਾ ਦੂਸਰੇ ਦਿਨ ਫਿਰ ਅੱਧਾ ਘੰਟਾ ਖੇਡਾਂ ਹੋਈਆਂ ਕਹਿੰਦਾ ਨਾ ਅੰਗਰੇਜ਼ ਨੇ ਮੇਰਾ ਵਾਰ ਲੱਗਣ ਦਿੱਤਾ ਤੇ ਨਾ ਫੌਜਾਂ ਨੇ ਅੰਗਰੇਜ਼ ਦਾ ਵਾਰ ਲੱਗਣ ਦਿੱਤਾ ਕਹਿੰਦਾ ਤੀਸਰਾ ਦਿਨ ਸੀ ਪ੍ਰੋਗਰਾਮ ਸੀ ਅੱਜ ਫੈਸਲਾ ਕਰ ਦਿੱਤਾ ਜਾਏਗਾ ਕਹਿੰਦਾ ਅੱਧਾ ਘੰਟਾ ਸਮਾਪਤ ਹੋ ਚੱਲਿਆ ਅਜੇ ਵਾਰ ਕਿਸੇ ਦਾ ਨਾ ਚੱਲਿਆ ਰੈਫਰੀ ਨੇ ਆਖਿਆ ਫੈਸਲਾ ਕਰ ਦਿਓ ਅੱਜ ਤੋਂ ਬਾਅਦ ਖੇਡਾਂ ਨਹੀਂ ਹੋਣਗੀਆਂ ਡੇਢ ਮਿੰਟ ਦਾ ਸਮਾਂ ਜੋਗਿਆ ਕਹਿੰਦਾ ਫਿਰ ਮਿਲ ਗਿਆ ਕਹਿੰਦਾ ਫਿਰ ਵਾਰ ਐਸਾ ਸਾਂਝਾ ਹੋਇਆ ਕਹਿੰਦਾ ਅੰਗਰੇਜ਼ ਦਾ ਸਿਰ ਲੈ ਗਿਆ ਤੇ ਫੌਜਾਂ ਦੀ ਲੱਤ ਲੈ ਗਈ ਅੰਗਰੇਜ਼ ਤੇ ਕਹਿੰਦਾ ਵੀ ਗਿਆ ਆਪਣੀ Laash ਲੈ ਕੇ ਉਹਦੇ ਵਾਰਸਾਂ ਨੇ ਖੜਿਆ ਉਹਦੀ Laash ਨੂੰ ਲੋਥ ਨੂੰ ਹਵਾਈ ਜਹਾਜ਼ ਵਿੱਚ ਲੱਖ ਕੇ ਤੇ ਕਹਿੰਦਾ ਫੌਜਾਂ ਨੇ ਲੱਤ ਲੱਕੜ ਦੀ ਲਵਾ ਲਈ ਐ ਅੱਗੇ ਨਾਲੋਂ ਵੀ ਪੱਕੀ ਐ ਹੁਣ ਕਿਤੇ ਵੇਲੇ ਕੁਵੇਲੇ ਤਲਵਾਰ ਵੱਜ ਵੀ ਜਾਵੇ ਨਾ ਤੇ ਫੌਜਾਂ ਦਾ ਕੁਝ ਨਹੀਂ ਵਿਗੜਦਾ ਦਰਸ਼ਨ ਸਿੰਘ ਕਹਿਣ ਲੱਗਾ ਬਾਪੂ ਅਸੀਂ ਤੇ ਆਨੇ ਵੀ ਦੂਜੀ ਵੀ ਫਿਰ ਲੱਕੜ ਦੀ ਲਵਾ ਲਾ ਕਹਿੰਦਾ ਦਰਸ਼ਨ ਸਿਆ ਆਪ ਤਾਂ ਨਹੀਂ ਨਾ ਵਢਵਾਈ ਜਾਂਦੀ ਕਿਤੇ ਕੋਈ ਤੇਰੇ ਵਰਗਾ ਵੜ ਦੂ ਫਿਰ ਲੱਕੜ ਦੀ ਲਵਾ ਲਵਾਂਗੇ ਕਹਿਣ ਤੋਂ ਭਾਵ ਹੈ ਕਿ ਸਾਂਝਾ ਵਾਰ ਵੱਡੇ-ਵੱਡੇ ਗਤਕੇ ਦੇ ਖਿਡਾਰੀ ਕਹਿੰਦੇ ਨੇ ਚੱਲ ਜਾਂਦਾ ਹੈ ਸਾਂਝੇ ਵਾਰ ਨਾਲ ਬਾਬਾ ਦੀਪ ਸਿੰਘ ਤੇ ਜਮਾਲ ਖਾਂ ਧਰਤੀ ਤੇ ਡਿੱਗੇ ਨੇ ਹੁਣੀ ਤਾਹਨੇ ਮਾਰ ਰਹੀ ਐ ਇੱਕ ਨਿਹੰਗ ਸਿੰਘ ਸਾਹਿਬ ਕੋਣ ਖਲੋਤਾ ਇਹਨੇ ਮੋਛ ਨੂੰ ਤਾ ਦਿੱਤਾ ਕਹਿੰਦਾ ਹੋਣੀਏ ਇਹਦਾ ਆਜੇ ਕਿ ਵਿਗੜਿਆ ਜੇ ਉੱਠ ਕੇ ਲੜਨ ਲੱਗ ਜਾਏ ਤਾਂ ਫਿਰ ਬਾਬਾ ਦੀਪ ਸਿੰਘ ਦੇ ਬੁੱਲ ਫਰਕੇ ਖੱਬੀ ਤਲੀ ਤੇ ਰੱਖਿਆ ਸੀਸ ਸੱਜੇ ਹੱਥ ਵਿੱਚ ਫੁਲਾਦੀ ਖੰਡਾ ਲੈ ਕੇ ਜਿਵੇਂ ਕੌਮ ਦੀ ਅਗਵਾਈ ਕਰਦਾ ਸ਼ਹੀਦੀ ਜਥੇ ਦਾ ਜਥੇਦਾਰ ਸ਼ਹੀਦੀ ਮਿਸਲ ਦਾ ਜਥੇਦਾਰ ਸੰਤ ਬਾਬਾ ਦੀਪ ਸਿੰਘ ਜੀ ਕਿਵੇਂ ਉਸ ਚੱਬੇ ਦੇ ਮੈਦਾਨ ਵਿੱਚੋਂ ਅੰਮ੍ਰਿਤਸਰ ਸਾਹਿਬ ਤੱਕ ਪਹੁੰਚਦਾ ਇਸ ਬੰਬ ਛੰਦ ਵਿੱਚ ਕਹਾਣੀ ਇਉਂ ਪੇਸ਼ ਕੀਤੀ ਜਾ ਰਹੀ ਹੈ ਸੁਣੀਏ ਮਰਦ ਬਚਨ ਦੇ ਬਲੀ ਨੇ ਸੁਣੇ ਸਿੰਘ ਦੇ ਬੋਲ ਸੇਸ਼ਟ ਕਾਲਿਆ ਤਲੀ ਤੇ ਵੈਰੀ ਦੇਣੇ ਤੇ ਬਾਬਾ ਦੀਪ ਸਿੰਘ ਜੋ ਦਾ ਖੰਡਾ ਹੱਥ ਫੜ ਕੇ ਆਈ ਯਾਦ ਕਰੀ ਅਰਦਾਸ ਗੁਰੂਦਰ ਖੜ ਕੇ ਮੈਂ ਰਣ ਵਿੱਚ ਮਾਰ ਆਏ ਜੋ ਵੈਰੀ ਚੜ ਕੇ ਸੀਸ ਚੱਕ ਲਿਆ ਰਾਹ ਤੱਕ ਲਿਆ ਦਲੇਰ ਨੇ ਖੰਡਾ ਹੁਣਾ ਸ਼ੁਰੂ ਕਰਤਾ ਬੁੱਢੇ ਸ਼ੇਰ ਨੇ ਜੁੱਤ ਕੇ ਗੁਰਾਰੀ ਓੜ ਕਰੇ ਨਾਰੇ ਹੱਥਾਂ ਦੇ ਗੱਲਾਂ ਪੁਜੀਆਂ ਰਣ ਵਿੱਚ ਸਾਰੇ ਕਈ ਨਸ ਕੇ ਜਾਨ ਬਚਾਉ ਨਸੀਬਾਂ ਖੰਡਾ ਚੱਲ ਰਾ ਕੋਈ ਨਹੀਂ ਚੱਲ ਰਾ ਖੇਰ ਦਾ ਚਈ ਵਾਂਗ ਵੈਰੀ ਵੜਦਾ ਖੰਡਾ ਸ਼ੇਰ ਦਾ ਪੈਂਦਾ ਹੋਏ ਸਿੰਘ ਦਿਲੋਂ ਹਸ਼ਿਆਰ ਜਵੈਰੀ ਰੋਲਣ ਫੜ ਧਰਮ ਰਾਜ ਜੀ ਤੱਕੜ ਸਿਰਾਂ ਨੂੰ ਤੋਲਣ ਸਿੱਖ ਖੁਸ਼ੀ ਵਿੱਚ ਸਿੰਘ ਸ਼ੇਰ ਜਕਾਰੇ ਬੋਲਣ ਵੈਰੀ ਰੂਣ ਪਏ दुखी होण पे नस दे सिरा बिना सिंह लड़दे जांदे दस दे कोई रोके उते ਢਾਲ ਗਤੇਗ ਚਲਾਵੇ ਕੋਈ ਯਾਰ ਯਾਰ ਦੇ ਨਾਲ ਪੈ ਹੱਥ ਮੜਾਵੇ ਕੋਈ ਅੱਲਾ ਅੱਲਾ ਕਰਦਾ ਜਾਨ ਬਚਾਵੇ ਜੰਗ ਮਛਰੀ ਤੇਗ ਨੱਚਲੀ ਚੱਲਦੀ ਵਾਏ ਸੀਦੋ ਲਾੜੀਆਂ ਨਾ ਮੌਤ ਮੱਲ ਦੀ ਓ ਬਣ ਰਣ ਵਿੱਚ ਫਿਰਦੀ ਤੇਗ ਮੌਤ ਦੀ ਚੇਲੀ ਕਈ ਸਰੂਆਂ ਜਏ ਜਵਾਨ ਟੈਣ ਜੋਂ ਗੇਲੀ ਨਸੇ ਛੜਜਾਰਾਂ ਨੂੰ ਯਾਰ ਜੁੰਡੀ ਦੇ ਬੇਲੀ ਵੈਰੀ ਮੁੱਕਦੇ ਸਿੰਘ ਮੁੱਕਦੇ ਗੱਜ ਦੇ ਮੋਰਚਾਂ ਤੇ ਖਾਲਸੇ ਦੇ ਡੰਕੇ ਵੱਜਦੇ ਫਿਰ ਮੋਦ ਚੋਲੀ ਬਣ ਕੇ ਰਣ ਵਿੱਚ ਸਾਰੇ ਕਹੇ ਸਿੰਘਾਂ ਤੋਂ ਮਜ ਜਾਇਏ ਕਰਨ ਤੇ ਚਾਰੇ ਜੋ ਸਿੰਘਾਂ ਨੂੰ ਆਇਆ ਮੁਕਾਉਣ ਜਿੱਤੇ ਦਿਨ ਹਾਰੇ ਨਹੀਂ ਬਲ ਪਿਆ ਦਲ ਚੱਲ ਪਿਆ ਰਣ ਤੋਂ ਸਿੰਘਾਂ ਦਾ ਰਾਸੇਰ ਹਿਲਿਆ ਵੈਰੀ ਮਣ ਤੋਂ ਓ ਜਿਵੇਂ ਮਾਰਨ ਸੱਤ ਲਵਾਰਿਓ ਤੇਗਾ ਖੜਕਣ ਸੀ ਵਦੇ ਹੌਸਲੇ ਲੜਦੇ ਸਿੰਘ ਵੈਰੀ ਝੜਕਣ ਸਿੰਘ ਵੈਰੀ ਨੂੰ ਕੇ ਮਾਰਨ ਮੌਤ ਤੇ ਮੜਕਣ ਵੈਰੀ ਹਾਰ ਦੇ ਸਿੰਘ ਮਾਰ ਦੇ ਨਸ ਪੈ ਅੱਲਾ ਅੱਜ ਜਾਨ ਰੱਖ ਲੈ ਸਿੰਘਾਂ ਵਸਪੇ ਪਰ ਮੀਨ ਗੋਲੀਆਂ ਤੀਰ ਸਿੰਘਾਂ ਨੇ ਡੱਕੇ ਗੈ ਲਗ ਲੋਥਾਂ ਦੇ ਢੇਰ ਜਿੱਦਰ ਕੋਈ ਤੱਕੇ ਸਿੰਘਾਂ ਰਖਤਰੀਆਂ ਦੇ ਖਾਨ ਮਾਰ ਲੈ ਫੱਕੇ ਛੇਰ ਗੱਜ ਦੇ ਵੈਰੀ ਭੱਜ ਦੇ ਰੋਜ ਗਏ ਅਮਰਤ ਸਾਰੇ ਆਣ ਕੇ ਸਿੰਘ ਪੁੱਜ ਗਏ ਹੋਰੀ ਇੱਕ ਹੈਸਨ ਦੇਖ ਦੇ ਦਰਦੀ ਇੱਕ ਲਟੇਰੇ ਜਿੰਨਾ ਅੱਗੇ ਕਦੇ ਨਹੀਂ ਵੇਖੇ ਸਿੰਘਾਂ ਦੇ ਜੇਰੇ ਜਿਵੇਂ ਯਾਰੀ ਬਾਜਨੇ ਝਫੇ ਕੂਂਜ ਬਟੇਰੇ ਨਸੇ ਸ਼ਹਿਰ ਤੋਂ ਡਰ ਕਹਿਰ ਤੋਂ ਖਲੋਣਾ ਅੱਲਾ ਕਿਤੇ ਸਾਡੇ ਰਾਜਵੀ ਸਿੰਘ ਹੋਣ ਨਾ ਜੋ ਮੁਗਲ ਫੌਜੀ ਸਾਰੀ ਨਸ ਵੀ ਡਰ ਕੇ ਸਿੰਘ ਫੌਜ ਸ਼ੀਲੀ ਸਾਰੀ ਪੁਜੀਦਰ ਹਰ ਕੇ ਬਾਬਾ ਦੀਵ ਸਿੰਘ ਬਲਕਾਰ ਕਣਾ ਜੰਗ ਕਰਕੇ ਦਾਰਿਆਣ ਕੇ ਫਤੇ ਜਾਣ ਕੇ ਵੈਗਿਆ ਗੁਰਮੁਖ ਧੜ ਸਿੰਘ ਦਾ ਝੂਠਾ ਪੈ ਗਿਆ ਪਜ ਅਮਰਤ ਸਰ ਦੇ ਅੰਦਰ ਛੱਡੇ ਜਿੱਕਾਰੇ ਗਏ ਪੁੱਜ ਗੁਰਾਂ ਦੇ ਮੰਦਰ ਯੋਦੇ ਸਾਰੇ ਜੋ ਹੈ ਹਰਦਾਹਰ ਮੰਦਰਤ ਇਦਨ 18 ਕੀਤੇ ਦਰਸ਼ਨ ਮੋਤੀ ਪਰਸਣ ਗੁੱਲ ਗਏ ਜੋਗੀ ਸਿੰਘਾਂ ਸੂਰਮਿਆਂ ਦੇ ਝੰਡੇ ਚੁੱਲ ਗਏ ਵੈਰੀਆਂ ਦੇ ਮੁੰਡੇ ਜਾਨਾਂ ਬਚਾ ਕੇ ਨੱਸੇ ਇਹਨਾਂ ਜਾ ਕੇ ਆਖਿਆ ਖਾਨਾ ਅਸੀਂ ਸਿੰਘਾਂ ਨਾਲ ਲੜ ਸਕਦੇ ਕਿਉਂਕਿ ਉਹ ਸਿਰਾਂ ਤੋਂ ਬਿਨਾਂ ਲੜਦੇ ਨੇ ਖਾਨਿਆਂ ਕਿਉਂ ਸਿਰ ਤੋਂ ਬਿਨਾਂ ਕੌਣ ਲੜਦਾ ਹੈ ਉਹਨਾਂ ਆਖਿਆ ਬਿਰਦ ਬਾਬਾ ਦੀਪ ਸਿੰਘ ਇੱਕ ਵਾਰ ਅਸੀਂ ਵੱਢ ਕੇ ਸੁੱਟ ਦਤਾ ਇੱਕ ਨਿਹੰਗ ਸਿੰਘ ਨੇ ਆਖਿਆ ਦਾ ਅਜੇ ਕੱਖ ਨਹੀਂ ਵਿਗੜਿਆ ਉਹ ਫੇਰ ਉੱਠ ਕੇ ਲੜਨ ਲੱਗ ਗਿਆ ਉਹਨੇ ਆਖਿਆ ਕੱਲਾ ਕੇ ਹੋਰ ਵੀ ਕੋਈ ਉਹਨੇ ਆਖਿਆ ਕੱਲਾ ਤੇ ਸਾਡੇ ਗਿੱਟੀ ਚੜਿਆ ਆਇਆ ਅੰਮ੍ਰਿਤਸਰ ਤੱਕ ਜਦੋਂ ਅਸੀਂ ਨਸਿਆਂ ਨਾਲ ਅਸੀਂ ਚੰਗੀ ਤਰ੍ਹਾਂ ਵੇਖਿਆ ਉਹਦੇ ਬਾਕੀ ਦੇ ਭਰਾ ਵੀ ਹਿੱਲ ਪਏ ਸੀ ਸਾਨੂੰ ਯਕੀਨ ਸਾਡੇ ਮਗਰੋਂ ਵੀ ਉੱਠ ਖਲੋਤੇ ਹੋਣਗੇ ਜਿਸ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਤੇ ਉਹ ਇਤਿਹਾਸ ਹੁੰਦਾ ਖਾਲਸਾ ਜੀ ਇਹ ਤੁਹਾਡੇ ਵੱਡ ਵਡੇਰਿਆਂ ਦਾ ਇਤਿਹਾਸ ਹੈ ਇਨੂੰ ਮਨ ਵਿੱਚ ਵਸਾਓ ਸਿੱਖੀ ਵਿੱਚ ਪੱਕੇ ਹੋਵੋ ਅੰਮ੍ਰਿਤ ਛਕੋ ਨਾਮ ਜਪੋ ਨਾ ਕਿਸੇ ਦੇ ਵਾਅਦਾ ਕਰੋ ਤੇ ਨਾ ਵਾਅਦਾ ਜਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ